ਤੁਸੀਂ ਇਸ ਪ੍ਰੋਗਰਾਮ ਨੂੰ ਘਰ ਬੈਠੇ ਵੀ ਦੇਖ ਸਕਦੇ ਹੋ, ਇਟਲੀ, ਦੁਬਈ, ਕੈਨੇਡਾ, ਅਮੈਰੀਕਾ ਬੈਠੇ ਵੀ ਦੇਖ ਸਕਦੇ ਹੋ। RPTV ਤੇ ਲਾਈਵ ਚੱਲ ਰਿਹਾ ਰੌਣਕ ਪੰਜਾਬ ਦੀ ਟੀਵੀ। ਔਰ ਉੱਧਰ ਬਾਬਾ ਜੀ ਵੀ ਆ ਗਏ ਸਾਡੇ 16 ਤਰੀਕ ਵਾਲੇ ਪਾਣੀ ਵਾਲੇ। ਵਾਹ ਜੀ ਵਾਹ। ਇੱਕ ਵਾਰੀ ਬਾਬਾ ਜੀ ਲਈ ਤੌੜੀਆਂ ਮਾਰ ਦਿਓ, ਕਿਉਂਕਿ ਪਾਣੀ ਪੁੰਨ ਦਾ ਕੰਮ ਹੁੰਦਾ, ਸਭ ਤੋਂ ਵੱਡੀ ਸੇਵਾ ਕਰ ਰਿਹਾ। ਬਹੁਤ ਬਹੁਤ ਸ਼ੁਕਰੀਆ। ਹੋ ਰੰਗ ਲਾਏ ਮੇਰਾ ਇਹ ਪੰਜਾਬ ਬੇਲੀਆ, ਭੱਜਦੇ ਨੇ ਜਿੱਥੇ ਪੰਜ ਆਪ ਬੋਲਿਆ। ਜੇ ਠੀਕ ਸੁਣਦਾ ਇੱਕ ਵਾਰੀ ਤਾੜੀ ਮਾਰ ਦਿਓ, ਮੁੜ ਕੇ ਨਹੀਂ ਕਹਿਣਾ ਸੀ, ਕਿਉਂਕਿ ਅਸੀਂ ਆਵਾਜ਼ ਵਧਾ ਘਟਾ ਸਕਦੇ ਹਾਂ। ਆਪਣੇ ਪਰਿਵਾਰ 'ਚ ਆਏ ਹਾਂ, ਆਪਣੇ ਲੋਕਾਂ 'ਚ ਆਏ ਹਾਂ, ਆਪਣੇ ਬਜ਼ੁਰਗਾਂ 'ਚ ਆਏ ਹਾਂ, ਆਪਣੇ ਦੋਸਤਾਂ ਮਿੱਤਰਾਂ 'ਚ ਆਏ ਹਾਂ। ਸੋ ਇੱਕ ਵਾਰੀ ਫਿਰ ਤੁਸੀਂ ਜਿੰਨੇ ਵੀ ਕਦਮ ਚੱਲ ਕੇ ਆਏ ਹੋ ਰੌਣਕ ਪੰਜਾਬ ਦੀ ਟੀਵੀ ਵੱਲੋਂ, ਨਾਗਰਾ ਫੈਮਿਲੀ ਵੱਲੋਂ, ਆਪ ਸਭ ਦਾ ਬਹੁਤ ਬਹੁਤ ਜੀ ਆਇਆਂ। ਲੋਕੋ ਕੀ ਨਹੀਂ ਕਰਦੇ, ਥਾਂ ਥਾਂ ਤੇ ਮੱਥੇ ਰਗੜਨ, ਲੱਖਾਂ ਹਰ ਜਾਨੇ ਭਰਦੇ, ਜਿਸ ਦੇ ਖੁਸ਼ ਮਾਪੇ ਹੁੰਦੇ, ਜਿਸ ਦੇ ਖੁਸ਼ ਮਾਪੇ ਹੁੰਦੇ, ਰਾਜਾ ਉਹ ਦੁਨੀਆ ਤੇ
ਮਾਪਿਆਂ ਦੀ ਸੇਵਾ ਵਰਗਾ ਤੀਰਤ ਨਹੀਂ ਦੁਨੀਆ ਤੇ ਮਾਪਿਆਂ ਦੀ ਸੇਵਾ ਵਰਗਾ ਜੀਵਣਾ ਵੱਲੋਂ ਬਹੁਤ ਸਾਰਾ ਪਿਆਰ ਸਤਿਕਾਰ ਔਰ ਬਾਬਾ ਜੀ ਗੱਦੀ ਨਸ਼ੀਨ ਔਜਲਾ ਪਿੰਡ ਤੋਂ ਜਸਵਿੰਦਰ ਸਿੰਘ ਜੀ ਉਹਨਾਂ ਵੱਲੋਂ ਬੜਾ ਸਾਰਾ ਪਿਆਰ ਸਤਿਕਾਰ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਅਵਤਾਰ ਸਿੰਘ ਨਾਗਰਾ ਸਾਹਿਬ ਉਹਨਾਂ ਵੱਲੋਂ ਬਹੁਤ ਸਾਰਾ ਆਸ਼ੀਰਵਾਦ ਆ ਜਾਓ ਚਾਹੁੰਦੇ ਸਤਿਕਾਰ ਨੇ ਮਾਪੇ ਹੱਟੀਆਂ ਨਾ ਮਿਲਣ ਦੁਕਾਨਾਂ ਮਿਲਦੇ ਬਾਜ਼ਾਰ ਨੇ ਮਾਪੇ ਬੱਚਿਆਂ ਤੋਂ ਕੁਝ ਨਹੀਂ ਮੰਗਦੇ ਚਾਹੁੰਦੇ ਸਤਿਕਾਰ ਨੇ ਮਾਪੇ ਹੰਝੂਆਂ ਦੇ ਦਾਗ ਨਾ ਹੋਵਣ ਹੰਝੂਆਂ ਦੇ ਦਾਗ ਨਾ ਹੋਵਣ ਮਾਵਾਂ ਦੀਆਂ ਚੁੰਨੀਆਂ ਤੇ ਦੀ ਸੇਵਾ ਵਰਗਾ ਕੀਰਤ ਨਹੀਂ ਦੁਨੀਆ ਤੇ ਮਾਪਿਆਂ ਦੀ ਸੇਵਾ ਵਰਗਾ ਅਵਤਾਰ ਸਿੰਘ ਨਾਗਰਾ ਸਾਹਿਬ ਸੋਢੀ ਨਾਗਰਾ ਸਾਹਿਬ ਦੀਪਾ ਵੀਰਾ ਸਾਰੇ ਦੋਸਤਾਂ ਮਿੱਤਰਾਂ ਵੱਲੋਂ ਬੱਚਿਆਂ ਲਈ ਰਹਿਣ ਜੋੜਦੇ ਬੱਚਿਆਂ ਲਈ ਮਹਿਲ ਬਣਾਉਂਦੇ ਧੀਆਂ ਪੁੱਤ ਰਹਿਣ ਹੱਸਦੇ ਮਾਪੇ ਬਸ ਇਹੋ ਚਾਹੁੰਦੇ ਬੱਚਿਆਂ ਲਈ ਰਹਿਣ ਜੋੜਦੇ ਬੱਚਿਆਂ ਲਈ ਮਹਿਲ ਬਣਾਉਂਦੇ ਧੀਆਂ ਪੁੱਤ ਰਹਿਣ ਹੱਸਦੇ ਮਾਪੇ ਬਸ ਇਹੋ ਚਾਹੁੰਦੇ ਜਿਸਦੇ ਖੁਸ਼ ਮਾਪੇ ਹੁੰਦੇ ਜਿਸਦੇ ਖੁਸ਼ ਮਾਪੇ ਹੁੰਦੇ ਰਾਜਾ ਦੁਨੀਆ ਤੇ ਮਾਪਿਆਂ ਦੀ ਸੇਵਾ ਵਰਗਾ ਕੀਰਤ ਨਹੀਂ ਦੁਨੀਆ ਤੇ ਮਾਪਿਆਂ ਦੀ ਸੇਵਾ ਵਰਗਾ ਕੀਰਤ ਨਹੀਂ ਦੁਨੀਆ ਤੇ ਮਾਪਿਆਂ ਦੀ ਸੇਵਾ ਵਰਗਾ ਬੱਚੇ
ਲਾਸਟ ਦੇ ਵਿੱਚ ਸੁਣਨ ਵਾਲੀ ਗੱਲ ਹੈ। ਸੌਂਦਾ ਰਣਵੀਰ ਆਖਦਾ ਮਾਪਿਆਂ ਦੀ ਕਰ ਲਓ ਸੇਵਾ, ਦੁਨੀਆਂ ਤੇ ਗੱਲਾਂ ਸੱਚੀਆਂ ਸੇਵਾ ਨੂੰ ਲੱਗਦਾ ਮੇਵਾ। ਸੌਂਦਾ ਰਣਵੀਰ ਆਖਦਾ ਮਾਪਿਆਂ ਦੀ ਕਰ ਲਓ ਸੇਵਾ, ਦੁਨੀਆਂ ਤੇ ਗੱਲਾਂ ਸੱਚੀਆਂ ਸੇਵਾ ਨੂੰ ਲੱਗਦਾ ਮੇਵਾ। ਜਿਸ ਦੇ ਖੁਸ਼ ਮਾਪੇ ਹੁੰਦੇ, ਜਿਸ ਦੇ ਖੁਸ਼ ਮਾਪੇ ਹੁੰਦੇ ਰਾਜਾ ਦੁਨੀਆਂ ਤੇ, ਮਾਪਿਆਂ ਦੀ ਸੇਵਾ ਵਰਦਾ ਤੀਰਥ ਨਹੀਂ ਦੁਨੀਆਂ ਤੇ, ਮਾਪਿਆਂ ਦੀ ਸੇਵਾ ਵਰਦਾ। ਭੈਣ ਜੀ ਤਾੜੀਆਂ ਬਾਰੇ ਕੀ ਖਿਆਲ ਹੈ? ਬੜਾ ਸਾਰਾ ਆਸ਼ੀਰਵਾਦ ਵੱਡੇ ਭਾਅ ਜੀ ਅਵਤਾਰ ਸਿੰਘ ਨਾਗਰਾ ਸਾਹਿਬ ਭੈਣ ਜੀ ਉਹਨਾਂ ਵੱਲੋਂ, ਔਰ ਵੱਡੇ ਭਾਅ ਜੀ ਸੋਢੀ ਨਾਗਰਾ ਸਾਹਿਬ ਵੱਲੋਂ, ਦੀਪਾ ਨਾਗਰਾ ਵੀਰਾਂ ਵੱਲੋਂ, ਹੋਰ ਦੋਸਤਾਂ ਮਿੱਤਰਾਂ ਵੱਲੋਂ ਬੜਾ ਸਾਰਾ ਆਸ਼ੀਰਵਾਦ ਆਇਆ, ਬੜੀ ਸਾਰੀ ਮੁਹੱਬਤ ਆਈ ਹੈ। ਔਰ ਆਹ ਦੇਖੋ, ਧੋਬੀ ਧੋਬੀ ਤੋਂ ਦਵਾਈ ਨਹੀਂ ਲੈਂਦਾ, ਕਲਾਕਾਰ ਕਲਾਕਾਰ ਤੋਂ ਪੈਸੇ ਨਹੀਂ ਲੈਂਦਾ, ਪਰ ਇਹ ਸਾਡੇ ਭੈਣ ਨੇ, ਸਾਡੇ ਨਿੱਕੇ ਜਿਹੇ ਸੱਦੇ 'ਤੇ ਪਹੁੰਚਿਆ, ਮੈਨੂੰ ਪ੍ਰਾਊਡ ਹੈ, ਮੈਂ ਛੋਟਾ ਇਸ ਕਰਕੇ ਲੈ ਲੈਂਦਾ ਕਿਉਂਕਿ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ, ਕਿਉਂਕਿ ਕਲਾਕਾਰ ਕੋਈ ਵੀ ਹੋਵੇ, ਚਾਹੇ ਕਿਸੇ ਰੂਪ 'ਚ ਹੈ, ਚਾਹੇ ਉਹ ਢੋਲ ਵਜਾਉਂਦਾ, ਚਾਹੇ ਕੀਬੋਰਡ ਵਜਾਉਂਦਾ। ਲੋਕੋ ਏਸੀ ਘਰ ਨੇ ਏਸੀ ਗੱਡੀਆਂ, ਪਰ ਖੱਤਿਆਂ ਜਿਹੀ ਦੁਪਹਿਰ ਨਹੀਂ। ਉਹ ਜੇ ਕਿਸੇ ਦਾ ਯਾਰ ਵਿਛੜ ਜੇ ਉਹਦੇ ਵਰਗਾ ਕਹਿਰ ਨਹੀਂ। ਛੱਪੜ ਕੰਢੇ ਬਗਲਾ ਫਿਰਦਾ ਕਹਿੰਦਾ ਦੀਪੇ, ਛੱਪੜ ਕੰਢੇ ਬਗਲਾ ਫਿਰਦਾ ਕਹਿੰਦਾ ਝਨਾ ਦੇ ਵਰਗੀ ਲਹਿਰ ਨਹੀਂ। ਕੀ ਸ਼ੱਕਰ ਜਿਹਾ ਨਾਤਾ ਹੈ ਨੀ, ਇੱਟ ਕੁੱਤੇ ਜਿਹਾ ਵੈਰ ਨਹੀਂ। ਪਿਆਰ ਦੇ ਵਰਗਾ ਅੰਮ੍ਰਿਤ ਹੈ ਨੀ, ਨਫ਼ਰਤ ਵਰਗੀ ਜ਼ਹਿਰ ਨਹੀਂ। ਇਕੱਠਿਆਂ ਵਰਗੀ ਰੀਸ ਨੀ ਕੁੜੀਏ, ਇਕੱਲਿਆਂ ਰਹਿ ਕੇ ਖੈਰ ਨਹੀਂ। ਪਿਓ ਵਰਗਾ ਸਿਰ ਹੱਥ ਨਹੀਂ ਕੋਈ, ਮਾਂ ਵਰਗਾ ਕੋਈ ਪੈਰ ਨਹੀਂ। ਪਿਓ ਵਰਗਾ ਸਿਰ ਹੱਥ ਨਹੀਂ ਕੋਈ, ਮਾਂ ਵਰਗਾ ਕੋਈ ਪੈਰ ਨਹੀਂ। ਇੱਕ ਵਾਰੀ ਆਪੋ ਆਪਣੇ ਮਾਂ ਬਾਪ ਦੇ ਨਾਂ 'ਤੇ ਤਾੜੀ ਲਾ ਦਿਓ। ਲੋਕੋ ਕਿਹੜਾ ਜਿਨ੍ਹਾਂ ਦੀ ਵਜ੍ਹਾ ਨਾਲ ਦੁਨੀਆ ਦੇਖੀ ਹੈ, ਕਹਿੰਦੇ ਲੱਖ ਨਿਆਮਤਾਂ ਮਿਲ ਜਾਣ ਭਾਵੇਂ, ਪਰ ਕਦੇ ਵੀ ਮਾਂ ਨਹੀਂ ਮਿਲਦੀ। ਨਿੱਕੇ ਹੁੰਦੇ ਖੇਡੇ ਜਿੱਥੇ, ਹੁਣ ਉਹ ਸੰਘਣੀ ਛਾਂ ਨਹੀਂ ਮਿਲਦੀ। ਇਹ ਸਤਲੁਜ ਬਿਆਸ ਅਤੇ ਰਾਵੀ ਭਾਵੇਂ, ਸਤਲੁਜ ਬਿਆਸ ਅਤੇ ਰਾਵੀ ਭਾਵੇਂ ਅੱਜ ਵੀ ਪਈਆਂ ਵਗਦੀਆਂ ਨੇ, ਪੰਜਾਂ ਵਿੱਚੋਂ ਗੁੰਮ ਦੋ ਭੈਣਾਂ ਜ਼ੁਲਮ ਅਤੇ ਝਨਾਬ ਨਹੀਂ ਮਿਲਦੀ। ਇਮਾਨਦਾਰੀ ਅਤੇ ਦਿਆਨਤਦਾਰੀ ਦੁਨੀਆਂ ਵਿੱਚੋਂ ਉੱਡ ਪੁੱਡ ਗਈ, ਪ੍ਰੇਮ ਨਿਮਰਤਾ ਬੜੀ ਹੀ ਲੱਭੀ, ਕਿਧਰੇ ਸ਼ਹਿਰ ਗਰਾਂ ਨਹੀਂ ਮਿਲਦੀ। ਉਹ ਢੁੰਡ ਵਿੱਚ ਜੋ ਲੁਕੀ ਹੁੰਦੀ ਸੀ, ਢੁੰਡ ਵਿੱਚ ਜੋ ਲੁਕੀ ਹੁੰਦੀ ਸੀ, ਹੁਣ ਉਹ ਸ਼ਰਮ ਹਯਾ ਨਹੀਂ ਮਿਲਦੀ। ਉਹ ਲੱਖ ਨਿਆਮਤਾਂ ਮਿਲ ਜਾਣ ਭਾਵੇਂ ਹਰਪ੍ਰੀਤ ਸਿਆਂ ਸਾਂ ਰੱਬ ਦੀ, ਪਰ ਕਦੇ ਵੀ ਮਾਂ ਨਹੀਂ ਮਿਲਦੀ। ਇਹ ਲੱਖ ਨਿਆਮਤਾਂ ਮਿਲ ਜਾਣ ਭਾਵੇਂ, ਪਰ ਕਦੇ ਵੀ ਮਾਂ ਨਹੀਂ ਮਿਲਦੀ। ਯੁੱਗ ਯੁੱਗ ਵਾਸੀਆਂ ਰਹਿਣ ਮਾਵਾਂ, ਅਤੇ ਯੁੱਗ ਯੁੱਗ ਵਸਦੇ ਰਹਿਣ ਬਾਪ। ਗੋਡ ਬਲੈਸ ਐਵਰੀਬਾਡੀ, ਥੈਂਕਸ ਆਲ ਆਫ ਯੂ। ਤਕਦੀਰਾਂ ਚੇਂਜ ਹੋਣ ਨਾ, ਔਖੇ ਵੇਲੇ ਬੰਦਾ ਇਕੱਲਾ ਸੰਗ ਯਾਰ ਵੀ ਖਲੋਣ ਨਾ। ਤਕਦੀਰਾਂ ਚੇਂਜ ਹੋਣ ਨਾ, ਔਖੇ ਵੇਲੇ ਬੰਦਾ ਇਕੱਲਾ ਸੰਗ ਯਾਰ ਵੀ ਖਲੋਣ ਨਾ। ਅੱਖਾਂ ਰੋ ਰੋ ਕੇ ਹੋ ਜਾਣ ਕਾਲੀਆਂ, ਰੋ ਰੋ ਕੇ ਹੋ ਜਾਣ ਕਾਲੀਆਂ, ਤੇ ਹੰਝੂ ਦੀ ਸਿਆਹੀ ਬਣ ਜੇ ਨਸ਼ਾ। ਮਨ ਤੇ ਮਸ਼ੂਕ ਚੌਥਾ ਵੈਲ ਪੁਣਾ, ਬੰਦੇ ਦੀ ਤਬਾਹੀ ਬਣ ਦੇ
ਨਸ਼ਾ ਮਨ ਤੇ ਮਸ਼ੂਕ ਚੌਥਾ ਵੈਲ ਪੁਣਾ ਬੰਦੇ ਦੀ ਤਬਾਹੀ ਬਣਦੇ ਗੋਲੀ ਚੱਲਦੀ ਆ ਇੱਕ ਕਿੱਲੇ ਦਸ ਉੱਡ ਜਾਂਦੇ ਆ ਸਾਥੋਂ ਡਰਦੀ ਆ ਦੁਨੀਆ ਭੁਲੇਖੇ ਜਿਹੜੇ ਖਾਂਦੇ ਆ ਗੋਲੀ ਚੱਲਦੀ ਆ ਇੱਕ ਕਿੱਲੇ ਦਸ ਉੱਡ ਜਾਂਦੇ ਆ ਸਾਥੋਂ ਡਰਦੀ ਆ ਦੁਨੀਆ ਭੁਲੇਖੇ ਜਿਹੜੇ ਖਾਂਦੇ ਆ ਬੰਦਾ ਮਾਰ ਮਾਰ ਭੁੱਬਾਂ ਫਿਰ ਰੋਂਦਾ ਏ ਮਾਰ ਮਾਰ ਭੁੱਬਾਂ ਫਿਰ ਰੋਂਦਾ ਏ ਜੇ ਝੂਠੀ ਕੋਈ ਗਵਾਹੀ ਬਣ ਜੇ ਨਸ਼ਾ ਮਨ ਤੇ ਮਸ਼ੂਕ ਚੌਥਾ ਵੈਲ ਪੁਣਾ ਬੰਦੇ ਦੀ ਤਬਾਹੀ ਬਣਦੇ ਨਸ਼ਾ ਮਨ ਤੇ ਮਸ਼ੂਕ ਚੌਥਾ ਵੈਲ ਪੁਣਾ ਬੰਦੇ ਦੀ ਤਬਾਹੀ ਬਣਦੇ ਚੜ੍ਹਦੀ ਜਵਾਨੀ ਰੋਗ ਹੱਡੀਆਂ ਨੂੰ ਲਾ ਲਿਆ ਚੰਦਰੇ ਨਸ਼ੇ ਨੇ ਅੱਧੀ ਦੁਨੀਆ ਨੂੰ ਖਾ ਲਿਆ ਚੜ੍ਹਦੀ ਜਵਾਨੀ ਰੋਗ ਹੱਡੀਆਂ ਨੂੰ ਲਾ ਲਿਆ ਚੰਦਰੇ ਨਸ਼ੇ ਨੇ ਅੱਧੀ ਦੁਨੀਆ ਨੂੰ ਖਾ ਲਿਆ ਬੁੱਢੇ ਮਾਪਿਆਂ ਦਾ ਕੋਈ ਨਾ ਸਹਾਰਾ ਮਾਪਿਆਂ ਦਾ ਕੋਈ ਨਾ ਸਹਾਰਾ ਤੇ ਦੁੱਖ ਫਿਰ ਆਹੀ ਬਣ ਜੇ ਨਸ਼ਾ ਮਨ ਤੇ ਮਸ਼ੂਕ ਚੌਥਾ ਵੈਲ ਪੁਣਾ ਬੰਦੇ ਦੀ ਤਬਾਹੀ ਬਣਦੇ ਨਸ਼ਾ ਮਨ ਤੇ ਮਸ਼ੂਕ ਚੌਥਾ ਵੈਲ ਪੁਣਾ ਬੰਦੇ ਦੀ ਤਬਾਹੀ ਬਣਦੇ ਔਰਤ ਦੇ ਲਈ ਨਾ ਕਿਉਂਕਿ ਮੈਂ ਜਿੱਥੇ ਵੀ ਜਾਵਾਂ ਮੈਂ ਜ਼ਰੂਰ ਗਾਉਣੀ ਹੁੰਦੀ ਹਾਂ ਜਿਹੜੇ ਜਿਹੜੇ ਬਾਈ ਸਿੱਧੂ ਮੂਸੇਵਾਲੇ ਨੇ ਪਿਆਰ ਕਰਦੇ ਤਾੜੀ ਮਾਰੋ ਇੱਕ ਵਾਰੀ ਸਾਰੇ ਜਣੇ ਕਿਉਂਕਿ ਕਦੇ ਨਾ ਹੋਣ ਵਾਲਾ ਜਿਹੜਾ ਘਾਟਾ ਪਿਆ ਆਪਾਂ ਸਿਰਫ ਯਾਦ ਹੀ ਕਰ ਸਕਦੇ ਹਾਂ ਜੋ ਹੋ ਗਿਆ ਉਹਨੂੰ ਬਦਲ ਤਾਂ ਨਹੀਂ ਸਕਦੇ ਹਾਂਜੀ ਧੀ ਸਰਦਾਰਾਂ ਦੀ ਆ ਮੜਕ ਵੀ ਪੂਰੀ ਆ ਮੜਕ ਵੀ ਪੂਰੀ ਆ ਤੇ ਭੜਕ ਵੀ ਪੂਰੀ ਆ ਮੁਹਰਤੀ
ਸੋਢੀ ਨਗਰਾ ਸਾਹਿਬ ਪੈਸਾ ਲੋਕਾਂ ਨੇ ਕਮਾਇਆ ਤਾਂ ਕਮਾਇਆ ਹੋਊਗਾ ਸੀ ਯਾਰੀਆਂ ਕਮਾਈਆਂ ਯਾਰੀ ਦੀ ਮਿਸਾਲ ਸਾਡੇ ਸੋਢੀ ਨਗਰਾ ਸਾਹਿਬ ਜਿਨ੍ਹਾਂ ਦੀ ਬਦਾਲਤ ਰੱਬਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਤਾਂ ਇਹਦੇ ਲਈ ਧੰਨਵਾਦ ਸਾਰੇ ਵੀਰਾਂ ਨੇ ਬੜਾ ਮਾਣ ਸਤਿਕਾਰ ਦਿੱਤਾ ਦਰਚਾ ਜੀ ਸਾਡੇ ਬਹੁਤ ਨਜ਼ਰ ਪਲੈਣੀ ਨੀ ਹੁਣ ਤੋਂ ਪਹਿਲਾਂ ਵਰਗੀ ਹੈ ਨੀ ਲੱਗਦੀ ਨਜ਼ਰ ਪਲੈਣੀ ਨੀ ਹੁਣ ਤੋਂ ਪਹਿਲਾਂ ਵਰਗੀ ਹੈ ਨੀ ਗੱਲ ਖੜ ਕੇ ਦੱਸਣੀ ਪੈਣੀ ਗੱਲ ਖੜ ਕੇ ਦੱਸਣੀ ਪੈਣੀ ਉਹ ਕੀਤੇ ਤਕਰਾਰਾਂ ਦੀ ਆ ਦੇਖ ਲਓ ਬਾਈ ਉਦੋਂ ਦੀ ਮੇਰੀ ਇਕੱਲੇ ਦੀ ਕੋਈ ਫੋਟੋ ਨੀ ਖਿੱਚੀ ਬਾਈ ਨੇ ਪੰਜ ਖਿੱਚੀ ਸੋ ਤਾੜੀ ਮਾਰਦੇ ਇਹ ਕੈਮਰੇ ਵਾਲੇ ਰੱਬ ਦੇ ਸਮਾਨ ਹੀ ਹੁੰਦੇ ਨੇ ਸਾਰਿਆਂ ਨੂੰ ਇੱਕ ਅੱਖ ਨਾਲ ਦੇਖਦੇ ਨੇ ਥੈਂਕ ਯੂ ਬਾਈ ਜੀ ਹੱਕੀ ਦੀ ਲੱਗਦੀ ਨਜ਼ਰ ਕਲੈਣੀ ਨਿਹਣ ਤੋਂ ਪੈਦਾ ਵਰਗੀ ਹੈ
ਲੱਗਦੀ ਨਜ਼ਰ ਚਲੈਣੀ ਨਿਹਣ ਤੋਂ ਪਹਿਲਾਂ ਵਰਗੀ ਹੈ ਨੀ ਗੱਲ ਖੜ ਕੇ ਦੱਸਣੀ ਪੈਣੀ ਗੱਲ ਖੜ ਕੇ ਦੱਸਣੀ ਪੈਣੀ ਇਹ ਕੀ ਤੋਂ ਤਕਰਾਰਾਂ ਦੀ ਸੋ ਮੇਰੀ ਖਾ ਕੇ ਦੱਸ ਦੇ ਕੀ ਇਹ ਗਲਤੀ ਯਾਰਾਂ ਦੀ ਸੋ ਮੇਰੀ ਖਾ ਕੇ ਦੱਸ ਦੇ ਕੀ ਇਹ ਗਲਤੀ ਯਾਰਾਂ ਦੀ ਸੋ ਮੇਰੀ ਖਾ ਕੇ ਦੱਸ ਦੇ ਕੀ ਇਹ ਗਲਤੀ ਯਾਰਾਂ ਦੀ ਗਲਤੀ ਇੱਕ ਹੋਵੇ ਤਾਂ ਦੱਸ ਦੀ ਇੱਕ ਹੋਵੇ ਤਾਂ ਦੱਸਦੀ ਗੱਲ ਹੁਣ ਹੈ ਨੀ ਤੇਰੇ ਵੱਸ ਦੀ ਲਾ ਕੇ ਐਪੀ ਦੇ ਨਾਲ ਫਸ ਗਈ ਲਾ ਕੇ ਐਪੀ ਦੇ ਨਾਲ ਫਸ ਗਈ ਪਿੰਡ ਵਿੱਚ ਵੱਜ ਗਏ ਵਾਜੇ ਕਹਿ ਦਿਆਂ ਫਿਰ ਤੂੰ ਨਾ ਲੈ ਲੈ ਕੇ ਮੇਰਾ ਬਣਦਾ ਸੀ ਦਰਵਾਜ਼ੇ ਦੇ ਖੂਨ ਜਿਗਰ ਦਾ ਪੀ ਕੇ ਹੁਣ ਹੋ ਗਈ ਇੱਕ ਪਾਸੇ ਨੀ ਵਿੱਚ ਬਿਨਾਂ ਦੇ ਬੁੱਲੀਆਂ ਉੱਤੋਂ ਉੱਡ ਕੇ ਹਾਸੇ ਨੀ ਖਿੜਕ ਹੋਈ ਨਾ ਭੋਰਾ ਖਿੜਕ ਹੋਈ ਨਾ ਭੋਰਾ ਦਿਲ ਦੀਆਂ ਟੁੱਟੀਆਂ ਤਾਰਾਂ ਦੀ ਸੋ ਮੇਰੀ ਖਾ ਕੇ ਦੱਸ ਦੇ ਕੀ ਇਹ ਗਲਤੀ ਯਾਰਾਂ ਦੀ ਸੋ ਮੇਰੀ ਖਾ ਕੇ ਦੱਸ ਦੇ ਕੀ ਇਹ ਗਲਤੀ ਯਾਰਾਂ ਦੀ ਸੋ ਮੇਰੀ ਖਾ ਕੇ ਦੱਸ ਦੇ ਕੀ ਇਹ ਗਲਤੀ ਯਾਰਾਂ ਦੀ ਸੋਢੀ ਨਾਗਰ ਜੀ ਉਹਨਾਂ ਵੱਲੋਂ ਔਰ ਸਾਰੇ ਦੋਸਤਾਂ ਮਿੱਤਰਾਂ ਵੱਲੋਂ ਆ ਜਾਓ ਭਾਅ ਜੀ ਅੱਗੇ ਆ ਜਾਓ ਬੜਾ ਸਾਰਾ ਆਸ਼ੀਰਵਾਦ ਇੱਕ ਵਾਰੀ ਤਾੜੀਆਂ ਮਾਰ ਦਿਓ ਕਿਉਂਕਿ ਅਸੀਂ ਇਹਨਾਂ ਤੋਂ ਹੀ ਲੈਣਾ ਸਾਡੇ ਕਿਹੜਾ ਟੈਂਪੂ ਚੱਲਦੇ ਸ਼ਾਮ ਨੂੰ ਇਕੱਠੇ ਕਰਨ ਜਾਨ ਮੰਗਲੇ ਜਾਨ ਇੱਕੋ ਤੇਰਾ ਲੱਖ ਵਰਗਾ ਬਾਕੀ ਮੋੜ ਕੇ ਜੇਬ ਵਿੱਚ ਪਾ ਲੈ ਕਿਉਂਕਿ ਸਾਡਾ ਪਿਆਰ ਹੈ 20-25 ਸਾਲ ਤੋਂ ਸਾਡਾ ਪਿਆਰ ਹੈ ਗੁਰਜੀਤ ਮਾਹਲ ਭਾਅ ਜੀ ਕਨੇਡਾ ਤੋਂ ਔਰ ਸੋਢੀ ਨਾਗਰ ਭਾਅ ਜੀ ਇਹਨਾਂ ਦੇ ਸਿਰ 'ਤੇ ਮੌਜਾ ਕਰਦੇ ਹਾਂ ਸਨ 2001 ਦੇ ਵਿੱਚ ਮੈਂ ਪਹਿਲਾ ਸ਼ੋਅ ਯੂਰਪ 'ਚ ਲਾਇਆ ਸੀ ਸਵੀਡਨ ਸਾਨੂੰ ਹੁੰਦਾ ਸੀ ਵੀ NRI ਕੋਲ ਬਹੁਤ ਪੈਸੇ ਹੁੰਦੇ ਇਹਨਾਂ ਤੋਂ ਥੋੜ੍ਹੇ ਜਿਹੇ ਵੱਧ ਮੰਗ ਲਿਆ ਕਰੋ ਪਰ ਜਦੋਂ ਮੈਂ ਇਹਨਾਂ ਨੂੰ ਕੰਮ ਕਰਦੇ ਦੇਖਦਾ ਮਿਹਨਤ ਕਰਦੇ ਦੇਖਦਾ ਫਿਰ ਸੋਚੀਦਾ ਵੀ ਇਹਨਾਂ ਤੋਂ 10,000 ਘੱਟ ਹੀ ਲੈ ਲਓ ਤੁਸੀਂ ਤੇਰੇ ਬਹੁਤ ਦਾਸੀ ਪਿੰਡ ਸਾਰਾ ਕਸਰ ਕੋਈ ਨਾ ਛੱਡੀ ਬਕਿਆ ਆਪ ਮੁਹਾਰਾ ਹੱਥ ਵਿੱਚ ਸੀ ਤੇਰੇ ਬਹੁਤ ਦਾਸੀ ਪਿੰਡ ਸਾਰਾ ਕਸਰ ਕੋਈ ਨਾ ਛੱਡੀ ਬਕਿਆ ਆਪ ਮੁਹਾਰਾ ਸਿੱਧੀ ਤਾਂ ਰੱਜ ਕੇ ਪਾਇਆ ਹਰੂ ਰੱਜ ਕੇ ਪਾਇਆ
ਨਾ ਲੈ ਲੈ ਕੇ ਮੇਰਾ ਬਣਦਾ ਸੀ ਦਰਵਾਜ਼ੇ ਫੜਦਾ ਸਾਡੇ ਵਾਲਾ ਬਖਸ਼ੀ ਤੂੰ ਮੁਟਿਆਰੇ ਨੀ ਇੱਕ ਦਿਨ ਦੀ ਪੀਣੀ ਨੇ ਹਾਂ ਕਰਵਾ ਤੇ ਕਾਰੇ ਨੀ ਕੰਨ ਫੜਦਾ ਸਾਡੇ ਵਾਲਾ ਬਖਸ਼ੀ ਤੂੰ ਮੁਟਿਆਰੇ ਨੀ ਰਣਵੀਰ ਵਾਸਤੇ ਪਾਵੇ ਰਣਵੀਰ ਵਾਸਤੇ ਪਾਵੇ ਮਨ ਲਈ ਗੱਲ ਸਰਕਾਰਾਂ ਦੀ ਸੌ ਮੇਰੀ ਖਾ ਕੇ ਦੱਸ ਦੇ ਕੀ ਇਹ ਗਲਤੀ ਯਾਰਾ ਦੀ ਸੌ ਮੇਰੀ ਖਾ ਕੇ ਦੱਸ ਦੇ ਕੀ ਇਹ ਗਲਤੀ ਯਾਰਾ ਦੀ ਸੌ ਮੇਰੀ ਖਾ ਕੇ ਦੱਸ ਦੇ ਕੀ ਇਹ ਗਲਤੀ ਯਾਰਾ ਦੀ ਭੁੱਲੇ ਘਰ ਮੁੜੇ ਹਵੇ ਉਹ ਬੰਦਾ ਨਹੀਂ ਮਾੜਾ ਹੋਵੇ ਫਿਰ ਬਣ ਕੇ ਆ ਜਾ ਮੇਰਾ ਬਣ ਕੇ ਮੰਨ ਗਈ ਤੂੰ ਨਾ ਲੈ ਲੈ ਕੇ ਮੇਰਾ ਬਣਦਾ ਸੀ ਦਰਵਾਜ਼ੇ ਤੂੰ ਨਾ ਲੈ ਲੈ ਕੇ ਮੇਰਾ ਬਣਦਾ ਸੀ ਦਰਵਾਜ਼ੇ ਤੂੰ ਨਾ ਲੈ ਲੈ ਕੇ ਮੇਰਾ ਬਣਦਾ ਸੀ ਦਰਵਾਜ਼ੇ ਸੋ ਮੇਰੀ ਖਾਤ ਦੱਸ ਦੇ ਕੀ ਇਹ ਗਲਤੀ ਆ ਰਹੀ ਸੋ ਮੇਰੀ ਖਾਤ ਦੱਸ ਦੇ ਕੀ ਇਹ ਗਲਤੀ ਆ ਰਹੀ ਮੁੰਡਾ ਪੂਰੀਆਂ ਜਮਾਤਾਂ ਦੱਸ ਪੜਿਆ ਦੋ ਸਾਲ ਦੇ ਪਲੋਮਾ ਉਹਨੇ ਖੜਿਆ ਇੱਕ ਜੀਜਾ ਆਪਣੀ ਸਾਲੀ ਦਾ ਰਿਸ਼ਤਾ ਕਰਾਉਂਦਾ ਨਾਗਰ ਸਾਹਿਬ ਇੱਕ ਜੀਜਾ ਆਪਣੀ ਸਾਲੀ ਦਾ ਰਿਸ਼ਤਾ ਕਰਾਉਂਦਾ ਲੰਬੜਦਾਰ ਚੱਲੂ ਸਟੇਜ ਸੈਕਟਰੀ ਚੱਲੂ ਛੋਟੇ ਛੋਟੇ ਚਾਰ ਪੰਜ ਦੇਖ ਲਈਏ ਮੁੰਡਾ ਪੂਰੀਆਂ ਜਮਾਤਾਂ ਦੱਸ ਪੜਿਆ ਸੌ ਸਾਲ ਦੇ ਪਲੋਮਾ ਉਹਨੇ ਕਰਿਆ ਮੁੰਡਾ ਪੂਰੀਆਂ ਜਮਾਤਾਂ ਦੱਸ ਪੜਿਆ ਸੌ ਸਾਲ ਦੇ ਪਲੋਮਾ ਉਹਨੇ ਕਰਿਆ ਇਸ ਗੱਲ ਦਾ ਝੂਠ ਨਾਰਾਈ ਵਿਹੜ ਤੋਂ ਲੁਕਾਉਣ ਲੱਗਿਆ ਤੈਨੂੰ ਰਿਸ਼ਤਾ ਕਰਾਵਾਂ ਪਿੰਡੋਂ ਸਾਲੀਏ ਨੂੰ ਮੁੰਡਾ ਲੈਣ ਮੈਨ ਲੱਗਿਆ ਤੈਨੂੰ ਰਿਸ਼ਤਾ ਕਰਾਵਾਂ ਪਿੰਡ ਸਾਲੀਏ ਨੂੰ ਕਾਕਾ ਐਸ ਡੀ ਓ ਬਣ ਜੂ ਬਿਜਲੀ ਵਾਲੇ ਮੈਥੋਂ ਤੇ ਚੱਕਦੇ ਨਹੀਂ ਅੱਕਦੇ ਤੇ ਨਹੀਂ ਪਰ ਫੱਕਦੇ ਬਿਜਲੀ ਵਾਲੇ ਮੈਥੋਂ ਤੇ ਚੱਕਦੇ ਨਹੀਂ ਅੱਕਦੇ ਤੇ ਨਹੀਂ ਪਰ ਫੱਕਦੇ ਟੁੱਟ ਮੰਟ ਤੇ ਪੁਰਾਣਾ ਬਣ ਕੇ ਕਹਵੇ ਚੀ ਚੁਰਾਲਾ ਬੰਦੇ ਨੇ ਤਾਂ ਹੀ ਨਾ ਕੀਤੀ ਹੈ ਮੈਂ ਡਰਦੀ ਹਾਂ ਜੇ
ਕਿਚਾ ਸਾਗ ਨਾ ਕਰਾਹੀ ਲੈਣ ਮੈਨ ਦਾ ਵਿਦਾਰੂ ਨਾਲ ਰੱਤੇ ਆਉਂਦੇ ਨੇ ਕਿਚਾ ਸਾਗ ਨਾ ਕਰਾਹੀ ਲੈਣ ਮੈਨ ਦਾ ਵਿਦਾਰੂ ਨਾਲ ਰੱਤੇ ਆਉਂਦੇ ਨੇ ਤੂੰ ਗਾਣਾ ਪਾਵੇ ਰਹਿਣ ਦੇ ਜਿਹੜਾ ਸਭ ਤੋਂ ਪਹਿਲਾਂ ਗਿਆ ਸੀ ਗਾਣਾ ਸ਼ੁਰੂ ਕਰਦੇ ਆ ਉਹ ਗਾਈ ਜਾ ਬਸ ਗੱਲ ਜੀਜਾ ਜੀਜਾ ਕਹੀ ਜਾ ਗਾਈ ਮੈਂ ਗੱਲਾਂ ਹੀ ਜਾਊ ਇੱਕ ਲੱਗੇ ਆ ਪੁਲਿਸ ਹੌਲਦਾਰ ਨੀ ਜਿਹਦਾ ਲਾਟੋ ਵਿੱਚ ਬੜਾ ਸਤਿਕਾਰ ਨੀ ਪੁਲਿਸ ਹੌਲਦਾਰ ਨੀ ਜਿਹਦਾ ਲਾਟੋ ਵਿੱਚ ਬੜਾ ਸਤਿਕਾਰ ਨੀ ਬੜਾ ਮਿੱਠਾ ਹੈ ਜ਼ਬਾਨ ਵਿੱਚ ਬੋਲਦਾ ਬੜਾ ਮਿੱਠਾ ਹੈ ਜ਼ਬਾਨ ਵਿੱਚ ਬੋਲਦਾ ਨਾ ਰੱਖੇ ਕੋਈ ਮੰਗ ਠੰਗ ਨੀ ਪੁਲਿਸ ਵਾਲਿਆਂ ਨੂੰ ਕੇਲੇ ਫਰੀ ਮੈਂਗੋ ਫਰੀ ਪਰ ਬਾਈ ਪੁਲਿਸ ਵਾਲੇ ਧੰਨ ਨੇ ਇੱਕ ਥਾਣੇ ਦੇ ਵਿੱਚ ਸੁਣਨ ਵਾਲੀ ਗੱਲ ਹੈ 55-56-70 ਪਿੰਡ ਪੈਂਦੇ ਨੇ ਮੁਲਾਜ਼ਮ 50 ਹੁੰਦੇ ਨੇ ਇੱਕ ਇੱਕ ਮੁਲਾਜ਼ਮ ਵੰਡਿਆ ਨਹੀਂ ਆਉਂਦਾ ਜੇ ਪੁਲਿਸ ਵਾਲੇ ਨਾ ਹੋਣ ਤੁਹਾਡੀਆਂ ਗੱਡੀਆਂ ਤੁਹਾਡੇ ਝੁੰਮ ਕੇ ਸਾਰੇ ਖੋਹ ਕੇ ਲੈ ਜਾਣੇ ਲੋਕਾਂ ਨੇ ਇੱਕ ਵਾਰੀ ਪੁਲਿਸ ਵਾਲਿਆਂ ਲਈ ਤਾੜੀ ਮਾਰਦੇ ਬਿਲਕੁਲ ਗੱਲ ਸਹੀ ਆ ਕਿਉਂਕਿ ਆਪਾਂ ਹਾਸਾ ਮਜ਼ਾਕ ਕਲਪਨਿਕ ਗੱਲਾਂ ਹੁੰਦੀਆਂ ਨੇ ਇੱਕ ਲੱਗੇ ਆ ਪੁਲਿਸ ਹੌਲਦਾਰ ਨੀ ਜਿਹਦਾ ਲਾਟੋ ਵਿੱਚ ਬੜਾ ਸਤਿਕਾਰ ਨੀ ਇੱਕ ਲੱਗੇ ਆ ਪੁਲਿਸ ਹੌਲਦਾਰ ਨੀ ਜਿਹਦਾ ਲਾਟੋ ਵਿੱਚ ਬੜਾ ਸਤਿਕਾਰ ਨੀ ਬੜਾ ਮਿੱਠਾ ਹੈ ਜ਼ਬਾਨ ਵਿੱਚ ਬੋਲਦਾ ਬੜਾ ਮਿੱਠਾ ਹੈ ਜ਼ਬਾਨ ਵਿੱਚ ਬੋਲਦਾ ਨਾ ਰੱਖੇ ਕੋਈ ਮੰਗ ਠੰਗੇ ਨੀ ਨਿੱਤ ਭੇਜ ਦੇ ਦੁਕਾਨਾਂ ਵਾਲੇ ਆਥਣੇ ਹੈ ਉਸ ਨੂੰ ਸਾਰੀ ਆਮਦਨੀ ਨਿੱਤ ਭੇਜ ਦੇ ਦੁਕਾਨਾਂ ਵਾਲੇ ਆਥਣੇ ਹੈ ਉਸ ਨੂੰ ਫਰੀ ਸਭ ਜੀ ਜਿੱਥੇ ਵੀ ਨਹੀਂ ਹੈ ਮਹਿਕਮਾ ਪਸੰਦ ਵੇ ਸੱਚ ਝੂਠਿਆਂ ਦੀ ਲਾ ਦਿੰਦੇ ਕੰਡ ਵੇ ਜਿੱਥੇ ਵੀ ਨਹੀਂ ਹੈ ਮਹਿਕਮਾ ਪਸੰਦ ਵੇ ਸੱਚ ਝੂਠਿਆਂ ਦੀ ਲਾ ਦਿੰਦੇ ਕੰਡ ਵੇ ਕਦ ਮਾਰਦੇ ਪਹਾੜ ਦੀ ਟਗੱਪ ਤੂੰ ਵੀ ਵਿੱਚ ਬਿਨਾ ਇਹ ਨਹੀਂ ਸਾਰ ਇਹਨਾਂ ਤੋਂ ਤਾਂ ਬਾਲਾ ਹੀ ਡਰ ਲੱਗਦਾ ਬਰ ਪਿੰਦੇ ਆ ਮੁਕਤ ਦੀ ਦਾਰੂ ਤੇ ਕਰਿਆ ਕਿ ਰੋਬ ਮਾਰਦੇ ਬਰ ਪਿੰਦੇ ਆ ਮੁਕਤ ਦੀ ਦਾਰੂ ਤੇ ਕਰਿਆ ਕਿ ਰੋਬ ਮਾਰਦੇ ਮੁਫਤ ਮੁਫਤ ਨਹੀਂ ਪੀਂਦੇ ਮੈਂ ਤੈਨੂੰ ਦੱਸਾਂ ਜੇ ਕੋਈ ਸ਼ਰਤਾਂ ਨਾਲ ਦੇ ਜਾਂਦਾ ਫਿਰ ਉਹਦੀ ਤਾਂ ਚੜਾਵਾ ਮਨਜ਼ੂਰ ਕਰਨਾ ਪੈਂਦਾ ਆ ਜਾਓ ਮਾਸੀ ਦਾ ਚਲਾਉਂਦਾ ਮੈਨੂੰ ਦੱਸ ਨੀ ਮੈਨੂੰ ਉਹਦੇ ਬਾਰੇ ਸਾਰੀਏ ਤੂੰ ਦੱਸ ਨੀ ਮੁੰਡਾ ਮਾਸੀ ਦਾ ਚਲਾਉਂਦਾ ਮੈਨੂੰ ਦੱਸ ਨੀ ਮੈਨੂੰ ਉਹਦੇ ਬਾਰੇ ਸਾਰੀਏ ਤੂੰ ਦੱਸ ਨੀ ਮੁੱਖ ਲੰਘਦਾ ਏ ਤੁਹਾਡੇ ਬਾਰ ਮੂਰ ਦੀ ਮੁੱਖ ਲੰਘਦਾ ਏ ਤੁਹਾਡੇ ਬਾਰ ਮੂਰ ਦੀ ਨੀ ਦੱਸੀ ਜਰਾ ਤੂੰ ਸੋਚ ਕੇ ਵੈਸੇ ਬੱਸਾਂ ਵਾਲਾ ਕੰਮ ਵੀ ਮਾੜਾ ਨੀ ਹੈਗਾ ਭਗਵੰਤ ਮਾਨ ਸਾਹਿਬ ਨੇ ਹੁਣ ਆਧਾਰ ਕਾਰਡ ਬੰਦ ਕਰ ਦੇ ਵੀ ਕਿਰਾਇਆ ਲਾ ਕੇ ਜਾਇਆ ਕਰੋ ਵਧੀਆ ਬਿਜਨਸ ਆ ਉਹ ਮੁੰਡਾ ਮਾਸੀ ਦਾ ਚਲਾਉਂਦਾ ਮੈਨੂੰ ਬਸ ਨੀ ਮੈਨੂੰ ਉਹਦੇ ਬਾਰੇ ਸਾਲੀ ਹੈ ਤੂੰ ਦੱਸ ਨੀ ਆ ਸੋਢੀ ਭਾਜੀ ਸਿਆਣੇ ਆ ਦੋ ਨੋਟ ਲੈ ਕੇ ਆਏ ਵੀ ਕਿਤੇ ਲੜਨਾ ਪੈਣ ਨਿਆਣੇ ਇੱਕ ਵਾਰੀ ਤਾੜੀਆਂ ਮਾਰ ਦਿਓ ਥੈਂਕ ਯੂ ਜੀ ਥੈਂਕ ਯੂ
ਦੇਖ ਲਓ ਕੋਈ ਕਲਾਕਾਰ ਟਾਈਪ ਬੰਦਾ ਨਹੀਂ ਨਹੀਂ ਇਹ ਤਾਂ ਮੇਰਾ ਵੱਡਾ ਭਰਾ ਆ ਕੁੜੀਏ ਦੀਪੇ ਭਲਵਾਨ ਨੇ ਸੁਨੇਹਾ ਭੇਜਿਆ ਕਹਿੰਦਾ ਮੈਂ ਵੀ ਹਲੇ ਮਿੱਸਾ ਹੀ ਫਿਰਦਾ ਮੇਰੇ ਬਾਰੇ ਸੋਚ ਲੈ ਹੋਵੇ ਛਿੰਦਰ ਨੇ ਥਾਣੇ ਵਾਲੇ ਵਾਂਗੂ ਸੋਹਣੇ ਸੋਹਣੇ ਗੀਤ ਲਿਖਦਾ ਸੋਹਣੇ ਸੋਹਣੇ ਗੀਤ ਲਿਖਦਾ ਸੋਹਣੇ ਸੋਹਣੇ ਗੀਤ ਲਿਖਦਾ ਸੋਹਣੇ ਸੋਹਣੇ ਗੀਤ ਲਿਖਦਾ ਜੀ ਦੇ ਪਿੱਛੇ ਠੀਕ ਸੁਣਦਾ ਤਾੜੀ ਮਾਰ ਦਿਓ ਇੱਕ ਮਿੱਠੀ ਮਿੱਠੀ ਕਿਉਂਕਿ ਅਸੀਂ ਆਵਾਜ਼ ਵਧਾ ਘਟਾ ਸਕਦੇ ਹਾਂ ਆਪਣੇ ਪਰਿਵਾਰ ਦੇ ਵਿੱਚ ਆਏ ਹਾਂ ਆਪਣੇ ਨਾਗਰਾ ਫੈਮਿਲੀ 'ਚ ਆਏ ਹਾਂ ਬਾਬਾ ਜੀ ਦੀ ਦਰਗਾਹ 'ਤੇ ਆਏ ਹਾਂ ਬਹੁਤ ਸਾਰਾ ਆਸ਼ੀਰਵਾਦ ਦੀਪਾ ਨਾਗਰਾ ਵੀਰਾ ਸੋਢੀ ਨਾਗਰਾ ਬਾਈ ਜੀ ਅਵਤਾਰ ਸਿੰਘ ਨਾਗਰਾ ਜੀ ਭੈਣ ਜੀ ਉਹਨਾਂ ਵੱਲੋਂ ਦੋਸਤਾਂ ਮਿੱਤਰਾਂ ਵੱਲੋਂ ਅਮਰਜੀਤ ਸਿੰਘ ਨਾਗਰਾ ਸਾਹਿਬ ਉਹਨਾਂ ਵੱਲੋਂ ਬਹੁਤ ਸਾਰਾ ਆਸ਼ੀਰਵਾਦ ਆਇਆ ਬਾਬਾ ਜੀ ਔਜਲਾ ਪਿੰਡ ਤੋਂ ਜਸਵਿੰਦਰ ਬਾਬਾ ਜੀ ਉਹਨਾਂ ਵੱਲੋਂ ਬੜੀ ਸਾਰੀ ਮੁਹੱਬਤ ਬੜਾ ਸਾਰਾ ਆਸ਼ੀਰਵਾਦ ਸੋ ਗੱਲ ਕਰਦੇ ਵੀ ਅੱਜ ਕੱਲ੍ਹ ਨਿਆਣੇ ਪਲੱਸ ਟੂ ਤੋਂ ਅੱਗੇ ਪੜ੍ਹਦੇ ਹੀ ਨਹੀਂ ਜਿਹਨੂੰ ਪੁੱਛੀਏ ਮੈਂ ਬਾਹਰ ਜਾਣਾ ਮੈਂ ਬਾਹਰ ਜਾਣਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਖਾਲੀ ਹੋ ਗਈ ਸੋ ਇੱਕ ਕੁੜੀ ਨੂੰ ਬਹੁਤ ਸ਼ੌਂਕ ਹੁੰਦਾ ਚਿੱਤ ਮੇਰਾ ਕਰਦਾ ਕੈਨੇਡਾ ਜਾਣ ਨੂੰ ਵੀ ਮੈਂ ਉੱਡ ਜਾਂ ਚੁੰਨੀ ਨੂੰ ਖੰਭ ਲਾ ਕੇ ਪਰ ਮੁੰਡਾ ਕਹਿੰਦਾ ਵੀ ਮੈਂ ਕਰਾਂ ਤਾਂ ਕਰਾਂ ਕੀ ਕਹਿੰਦਾ ਵੀ ਜੇ ਮੇਰੇ ਬਾਪੂ ਦੇ ਜਹਾਜ਼ ਹੁੰਦੇ ਤਾਂ ਤੈਨੂੰ ਸਵੇਰੇ ਦਿੱਲੀ ਨੂੰ ਚੜਾਇਆ ਹੁੰਦਾ ਸੋ ਇਹੋ ਜਿਹੀਆਂ ਗੱਲਾਂ ਵਰਗਾ ਗੀਤ ਹੁੰਦੇ ਮੇਰੇ ਬਾਪੂ ਦੇ ਜਹਾਜ਼ ਚੱਲਦੇ ਤੈਨੂੰ ਤਾਰਦਾ ਕੈਨੇਡਾ ਚਲੇ ਜਾ ਕੇ ਹਾਂਜੀ ਬਾਪੂ ਦੇ ਜਹਾਜ਼ ਭੋਪਾਲੀ ਆ ਕਰੋ ਬਾਪੂ ਕਹਿੰਦਾ ਛੱਡ ਦੇ ਪੜ੍ਹਾਈਆਂ ਪੁੱਤਰਾ ਬਾਪੂ ਕਹਿੰਦਾ ਛੱਡ ਦੇ ਸਟੱਡੀ ਪੁੱਤਰਾ ਕਹੀਂ ਚੱਕ ਲੈ ਹੱਥਾਂ ਨੂੰ ਥੁੱਕ ਲਾ ਕੇ ਹੁੰਦੇ ਮੇਰੇ ਬਾਪੂ ਦੇ ਜਹਾਜ਼ ਚੱਲਦੇ ਨੀ ਤੈਨੂੰ ਤਾਰਦਾ ਕੈਨੇਡਾ ਚੱਲ ਜਾ ਕੇ ਹੁੰਦੇ ਮੇਰੇ ਬਾਪੂ ਦੇ ਜਹਾਜ਼ ਚੱਲਦੇ ਨੀ ਤੈਨੂੰ ਤਾਰਦਾ ਕੈਨੇਡਾ ਚੱਲ ਜਾ ਕੇ ਹੁੰਦੇ ਮੇਰੇ ਬਾਪੂ ਦੇ ਜਹਾਜ਼ ਚੱਲਦੇ ਨੀ ਤੈਨੂੰ ਤਾਰਦਾ ਕੈਨੇਡਾ ਚੱਲ ਜਾ ਕੇ ਬਾਪੂ ਕਹਿੰਦਾ ਛੱਡ ਦੇ ਪੜ੍ਹਾਈਆਂ ਪੁੱਤਰਾ ਬਾਪੂ ਕਹਿੰਦਾ ਛੱਡ ਦੇ ਸਟੱਡੀ ਪੁੱਤਰਾ ਕਹੀ ਚੱਕ ਲੈ ਹੱਥਾਂ ਨੂੰ ਥੁੱਕ ਲਾ ਕੇ ਹੁੰਦੇ ਮੇਰੇ ਬਾਪੂ ਦੇ ਜਹਾਜ਼ ਚੱਲਦੇ ਨੀ ਤੈਨੂੰ ਤਾਰ ਤੱਕ ਨੇ ਚੱਲ ਜਾ ਕੇ ਹੁੰਦੇ ਮੇਰੇ ਬਾਪੂ ਦੇ ਜਹਾਜ਼ ਚੱਲਦੇ ਨੀ ਤੈਨੂੰ ਤਾਰ ਤੱਕ ਨੇ ਚੱਲ ਜਾ ਕੇ ਹੁੰਦੇ ਮੇਰੇ ਬਾਪੂ ਦੇ ਜਹਾਜ਼ ਚੱਲਦੇ ਨੀ ਤੈਨੂੰ ਤਾਰ ਤੱਕ ਨੇ ਚੱਲ ਜਾ ਕੇ
ਗੁੱਸਾ ਨਾ ਕਰੀ ਨੀ ਮੇਰੀ ਸੱਚੀ ਗੱਲ ਕਹੀ ਤੋ ਨੀਂਦ ਵੀ ਨੀ ਪੂਰੀ ਹੁੰਦੀ ਉੱਥੇ ਤੇਰੇ ਦਿਲ ਤੋਂ ਗੁੱਸਾ ਨਾ ਕਰੀ ਨੀ ਮੇਰੀ ਸੱਚੀ ਗੱਲ ਕਹੀ ਤੋ ਨੀਂਦ ਵੀ ਨੀ ਪੂਰੀ ਹੁੰਦੀ ਉੱਥੇ ਤੇਰੇ ਜਹੀ ਤੋਂ ਚਿੱਟਾਂ ਦੇ ਵਿੱਚ ਸਾਫ ਕਰੇਗੀ ਤੂੰ ਖੁੰਬਾ ਚਿੱਟਾਂ ਦੇ ਵਿੱਚ ਸਾਫ ਕਰੇਗੀ ਤੂੰ ਖੁੰਬਾ ਨਹੀਂ ਤੋੜੇਗੀ ਮੇਰੀਆਂ ਜਾ ਕੇ ਮੇਰੇ ਬਾਪੂ ਦੇ ਜਹਾਜ਼ ਚੱਲਦੇ ਨੇ ਤੈਨੂੰ ਪਾਰ ਦਾ ਕਨੇਡਾ ਚੱਲ ਜਾ ਕੇ ਮੇਰੇ ਬਾਪੂ ਦੇ ਜਹਾਜ਼ ਚੱਲਦੇ ਨੇ ਤੈਨੂੰ ਪਾਰ ਦਾ ਕਨੇਡਾ ਚੱਲ ਜਾ ਮੇਰੇ ਬਾਪੂ ਦੇ ਜਹਾਜ਼ ਚੱਲਦੇ ਨੀ ਤੈਨੂੰ ਤਾਰ ਦਾ ਕਨੇਡਾ ਚੱਲ ਜਾ ਕੇ ਮੇਰੇ ਡੈਡੀ ਦੇ ਜਹਾਜ਼ ਚੱਲਦੇ ਨੀ ਤੈਨੂੰ ਤਾਰ ਦਾ ਕਨੇਡਾ ਚੱਲ ਜਾ ਕੇ ਮੇਰੇ ਬਾਪੂ ਦੇ ਜਹਾਜ਼ ਚੱਲਦੇ ਨੀ ਤੈਨੂੰ ਤਾਰ ਦਾ ਕਨੇਡਾ ਚੱਲ ਜਾ ਕੇ ਮੇਰੇ ਬਾਪੂ ਦੇ ਜਹਾਜ਼ ਚੱਲਦੇ ਨੀ ਤੈਨੂੰ ਤਾਰ ਦਾ ਕਨੇਡਾ ਚੱਲ ਜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਨੋਟਾਂ ਦੀ ਬਰਸਾਤ ਕੀਤੀ ਹੈ। ਕਹਿੰਦੇ ਪੈਸਾ ਧੇਲਾ ਸਾਰਿਆਂ ਦੇ ਕੋਲ ਹੁੰਦਾ ਪਰ ਕਿਸੇ ਦਾ ਸਤਿਕਾਰ ਕਰਨ ਦੇ ਲਈ ਸਹਿਯੋਗ ਦੇਣ ਦੇ ਲਈ ਮਾਣ ਤਾਣ ਕਰਨ ਦੇ ਲਈ ਜਿਗਰਾ ਚਾਹੀਦਾ। ਕਹਿੰਦੇ ਸੁੱਟੇ ਜਾਲ ਸ਼ਿਕਾਰੀ ਪੰਛੀਆਂ ਤੇ ਉਹ ਡਮੋਰ ਜਾਵੇ ਬੜਾ ਦੁੱਖ ਲੱਗਦਾ। ਗੁੱਡੀ ਜ਼ਿਆਦਾ ਸਮਾਨ ਤੇ ਚੜੀ ਹੋਵੇ ਅੱਧ ਵਾਟਿਓਂ ਟੁੱਟ ਡੋਰ ਜਾਵੇ ਬੜਾ ਦੁੱਖ ਲੱਗਦਾ। ਹੋਵੇ ਦਸਾਂ ਨੌਹਾਂ ਦੀ ਕੀਤੀ ਹੋਈ ਕਮਾਈ ਲੁੱਟ ਕੇ ਕੋਈ ਮੇਰੇ ਵਰਗਾ ਚੋਰ ਲੈ ਜੇ ਬੜਾ ਦੁੱਖ ਲੱਗਦਾ। ਤਹਿਸੀਲਦਾਰ ਸਾਹਿਬ ਦਾ ਬਟੂਆ ਡਿੱਗ ਗਿਆ ਜੀ, ਜਿਹਦੇ ਵਿੱਚ 5-7 ਹਜ਼ਾਰ ਰੁਪਿਆ ਵਾ ਅਤੇ ਲਾਇਸੈਂਸ ਆ ਜੀ ਅਤੇ ਉਹ 'ਚ ਹੋਰ ਜ਼ਰੂਰੀ ਕਾਗਜ਼ ਪੱਤਰ ਨੇ, ਏਟੀਐਮ ਵਗੈਰਾ। ਹੱਥ ਬੰਨ ਕੇ ਬੇਨਤੀ ਹੈ ਕਿ ਤੁਸੀਂ ਦਾਤੇ ਦੇ ਦਰਬਾਰ 'ਤੇ ਆਇਓ। ਤਹਿਸੀਲਦਾਰ ਸਾਹਿਬ ਦਾ ਬਟੂਆ ਡਿੱਗਿਆ, ਪਲੀਜ਼ ਜੇ ਕਿਸੇ ਦੇ ਹੱਥ ਲੱਗਾ ਸਟੇਜ 'ਤੇ ਪਹੁੰਚਦਾ ਕਰ ਦਿਓ। ਤਹਿਸੀਲਦਾਰ ਸਾਹਿਬ ਕਹਿੰਦਾ ਪੈਸੇ ਭਾਵੇਂ ਰੱਖ ਲਿਓ, ਇੰਨੇ ਤਾਂ ਮੈਂ ਘੰਟੇ ਖੰਡ 'ਚ ਬਣਾ ਲੈਣੇ ਨੇ, ਪਰ ਖਾਲੀ ਬਟੂਆ ਦੇ ਜਾਓ, ਉਹਦੇ ਵਿੱਚ ਜਿਹੜੇ ਕਾਗਜ਼ ਪੱਤਰ ਨੇ ਉਹ ਵੀ ਦੇ ਦਿਓ। ਹੱਥ ਬੰਨ ਕੇ ਬੇਨਤੀ ਹੈ। ਸੋ ਬਹੁਤ ਬਹੁਤ ਸ਼ੁਕਰਾਨਾ, ਬਹੁਤ ਬਹੁਤ ਮਿਹਰਬਾਨੀ। ਵਾਹਿਗੁਰੂ ਰਹਿਮਤਾਂ ਦਊਗਾ ਉਹਨੂੰ।
ਵੈਸੇ ਤਾਂ ਜਦੋਂ ਕਿਸੇ ਦੇ ਕੋਈ ਚੀਜ਼ ਹੱਥ ਲੱਗਦੀ ਹੈ ਤਾਂ ਬੜਾ ਔਖਾ ਹੁੰਦਾ ਕਿਉਂਕਿ ਪੈਸਾ ਤਾਂ ਜਨਾਨੀ ਦੇਖ ਕੇ ਚਿੱਤ 'ਚ ਬੇਈਮਾਨੀ ਆਉਂਦਾ, ਟਾਈਮ ਨਹੀਂ ਲੱਗਦਾ ਹੈਗਾ, ਸਭ ਦੇ ਧਰਮ ਡੋਲ ਜਾਂਦੇ ਨੇ। ਪਰ ਕਈ ਚੰਗੇ ਵੀ ਹੈਗੇ ਨੇ ਜਿਨ੍ਹਾਂ ਦੇ ਸਿਰ 'ਤੇ ਧਰਤੀ ਟੀਕੀ ਖੜ੍ਹੀ ਹੈ। ਸੋ ਹੱਥ ਬੰਨ ਕੇ ਬੇਨਤੀ ਹੈ ਕਿ ਜਿਹਦੇ ਕਿਸੇ ਦੇ ਹੱਥ ਬਟੂਆ ਲੱਗਿਆ, ਤਹਿਸੀਲਦਾਰ ਸਾਹਿਬ ਦਾ ਬਟੂਆ ਪਲੀਜ਼ ਪਹੁੰਚਦਾ ਕਰ ਦਿਓ। ਥੈਂਕ ਯੂ। ਬਹੁਤ ਹੀ ਪਿਆਰੀ ਜੋੜੀ, ਮਿੱਠੀ ਜਿਹੀ ਜੋੜੀ, ਸੋਹਣੇ ਗੀਤ, ਪਰਿਵਾਰਕ ਗੀਤ, ਬਾਈ ਸੋਨੂ ਵਿਰਕ ਅਤੇ ਨਾਲ ਬੀਬਾ ਜੀ ਨੂੰ ਆਈ ਲਵ ਯੂ ਟਰੱਕ ਭਰ ਕੇ ਸੁਖਰੀਤ ਗਾਉਂਦੀ ਹੈ ਸੋਹਣੇ ਗੀਤ। ਜਿਉਂਦੇ ਰਹੋ, ਜਵਾਨੀਆਂ ਮਾਣੋ। ਸਾਡੇ ਸਤਿਕਾਰਯੋਗ ਹਰਨੇਕ ਬਾਈ ਜੀ ਅਤੇ ਜੱਸਾ ਸਿੰਘ ਸਰਪੰਚ ਸਾਹਿਬ, ਉਹਨਾਂ ਨੇ 200 ਰੁਪਏ ਦਾ ਮਾਣ ਸਪੈਸ਼ਲ ਮੇਰੇ ਬੋਲਾਂ ਤੋਂ ਕੀਤਾ ਹੈ। ਜੀਤੇ ਮੌੜ ਨੂੰ ਕਹਿੰਦੇ ਯਾਦ ਕਰ ਦਿਓ ਮੈਡਮ ਕਿ ਬੈਲੀ ਭੱਜ ਤੋਰਿਆ ਜੀਤੇ ਮੌੜ ਨਾ ਪੰਗਾ ਪਾ ਕੇ ਸਿੰਘ ਫਸ ਗਏ ਕੁੰਡੀਆਂ ਦੇ ਮਿੱਤਰਾ। ਹਰਨੇਕ ਸਾਹਿਬ ਬਹਿ ਜਾ ਗੋਡੀ ਲਾ ਕੇ, ਹਰਨੇਕ ਸਾਹਿਬ ਬਹਿ ਜਾ ਗੋਡੀ ਲਾ ਕੇ। ਜੱਸਾ ਸਿੰਘ ਜੀ ਸਰਪੰਚ ਸਾਹਿਬ ਅਤੇ ਹਰਨੇਕ ਬਾਈ ਜੀ ਜਿਉਂਦੇ ਵਾਸਤੇ ਰਹੋ, ਕਬੱਡੀ ਦੇ ਹੀਰੇ ਰਹੇ ਨੇ। ਤਹਿ ਦਿਲੋਂ ਧੰਨਵਾਦ, ਥੈਂਕਸ ਆਲ ਆਫ ਯੂ। ਸਾਡੇ ਮੋਹਾਲੀ ਵਾਲਿਆਂ ਦੀ ਸਾਊਂਡ ਕਿ ਛੜੇ ਨੂੰ ਪਟੋਲੇ ਜੀ ਤੇ ਆ ਗਈ ਰਣਵੀ ਕਰਦਾ ਛੜੇ ਦਾ ਬੇੜਾ ਧੰਨ ਧੰਨ ਬਈ, ਉਹਦਾ ਚਿੱਤੋ ਪੈਰ ਚਿੱਤ ਪਰਚਾਈ ਰੱਖਣਾ। ਅਸੀਂ ਭਿੰਦਰ ਮੋਹਾਲੀ ਵਾਲਿਆਂ ਦਾ ਸਪੀਕਰ ਕੋਠੇ 'ਤੇ ਲਾਈ ਰੱਖਣਾ। ਜਿਉਂਦੇ ਰਹੋ। ਅਮਰਦੀਪ ਸਿੰਘ ਨਾਗਰਾ ਸਾਹਿਬ, ਉਹਨਾਂ ਵੱਲੋਂ ਬੜਾ ਮਾਣ ਸਤਿਕਾਰ ਭੇਜਿਆ ਗਿਆ, ਸ਼ੁਕਰੀਆ ਮਿਹਰਬਾਨੀ। ਉਹੀ ਆਵਾਜ਼, ਉਹੀ ਅੰਦਾਜ਼ ਬਾਈ ਸੋਨੂ ਵਿਰਕ ਅਤੇ ਮੈਡਮ ਸੁਖਰੀਤ। ਬਾਬਾ ਜੀ ਦੇ ਨਾਂ 'ਤੇ ਬੜਾ ਸਾਰਾ ਸ਼੍ਰੀ ਪੈਂਦਾ ਹੈ। ਬਾਬਾ ਜਸਵਿੰਦਰ ਸਿੰਘ ਜੀ ਔਜਲਾ ਪਿੰਡ ਤੋਂ ਬੜੀ ਸਾਰੀ ਮੁਹੱਬਤ, ਸੋਢੀ ਨਾਗਰਾ ਸਾਹਿਬ, ਵੱਡੇ ਭਾਅ ਜੀ ਅਵਤਾਰ ਸਿੰਘ ਨਾਗਰਾ, ਭਾਅ ਜੀ ਇੱਧਰੋਂ, ਭਾਅ ਜੀ ਉਹਨਾਂ ਦਾ ਮੈਨੂੰ ਸੋਰੀ ਨਾਮ ਨਹੀਂ ਪਤਾ, ਬੜਾ ਸਾਰਾ ਆਸ਼ੀਰਵਾਦ, ਬੜੀ ਸਾਰੀ ਮੁਹੱਬਤ। ਸੋ ਦੁਗਾਣਿਆਂ ਦੀ ਗੱਲ ਕਰਦੇ ਹਾਂ, ਅਵਤਾਰ ਬਾਈ ਜੀ ਦਾ ਬੇਟਾ ਔਰ ਜਿਹੜੇ ਅੱਜ ਹੀ ਕੈਨੇਡਾ ਤੋਂ ਆਏ, ਉਹਨਾਂ ਨੂੰ ਇਹਦੇ ਮੰਮੀ ਡੈਡੀ ਨੂੰ ਸਰਪ੍ਰਾਈਜ਼ ਦਿੱਤਾ ਵਾ ਸਾਡੇ ਸੋਢੀ ਢਿੱਲੋਂ ਨਾਗਰਾ ਬਾਈ ਨੇ, ਸਰਪ੍ਰਾਈਜ਼ ਦਿੱਤਾ ਵਾ। ਅੱਜ ਮੁੰਡਾ ਹਰਪ੍ਰੀਤ, ਮੁੰਡਾ ਹੋਵੇ ਤਾਂ ਹਰਪ੍ਰੀਤ ਵਰਗਾ ਭਾਵੇਂ 4-5 ਘੰਟੇ ਲੇਟ ਹੀ ਹੋਵੇ, ਕਿਉਂਕਿ ਜਿਹੜਾ ਪੇਰੈਂਟਸ ਨੂੰ ਸਰਪ੍ਰਾਈਜ਼ ਦਿੰਦਾ ਹੈ ਬੜੀ ਵੱਡੀ ਗੱਲ ਹੈ, ਕਿਉਂਕਿ ਮਾਂ ਬਾਪ ਜਿਹੜੇ ਹੁੰਦੇ ਆ ਨਾ, ਆਪਣੇ ਬੱਚੇ ਵਾਸਤੇ ਇੱਕ ਕਮਰਾ ਹੋਵੇ ਉਹਦੇ 'ਚ ਵਧੀਆ ਵਧੀਆ ਚਾਦਰਾਂ, ਵਧੀਆ ਵਧੀਆ ਗਲੀਚੇ ਵਿਛਾਉਂਦੇ ਆ। ਪਰ ਕਈ ਵਾਰੀ ਬੱਚੇ ਇੱਦਾਂ ਦੇ ਹੋ ਜਾਂਦੇ ਆ, 7-8 ਕਮਰਿਆਂ ਦਾ ਘਰ ਹੁੰਦਾ ਪਰ ਮਾਂ ਪਿਓ ਦਾ ਇੱਕ ਮੰਜਾ ਨਹੀਂ ਡਾ ਹੁੰਦਾ। ਇਸ ਕਰਕੇ ਪੇਰੈਂਟਸ ਦੀ ਇੱਜ਼ਤ ਕਰਿਆ ਕਰੋ, ਗਾਣੇ ਭਾਵੇਂ ਘੱਟ ਸੁਣਿਆ ਕਰੋ। ਮੈਂ ਸਾਰਿਆਂ ਨੂੰ ਰਿਕੁਐਸਟ ਕਰਦਾ ਇੱਕ ਵਾਰੀ ਆਪਣੇ ਆਪਣੇ ਬਜ਼ੁਰਗਾਂ ਲਈ, ਆਪਣੇ ਮਾਪਿਆਂ ਲਈ ਤਾੜੀ ਮਾਰ ਦਿਓ ਜ਼ੋਰਦਾਰ। ਸੋ ਗੀਤਾਂ ਦੀ ਗੱਲ ਕਰਦੇ ਹਾਂ, ਇੱਕ ਪੜ੍ਹੀ ਲਿਖੀ ਕੁੜੀ ਦਾ ਪਿੰਡ ਦੇ ਵਿੱਚ ਵਿਆਹ ਹੋ ਜਾਂਦਾ। ਪੁਰਾਣੇ ਟਾਈਮ ਦੀ ਗੱਲ ਹੈ ਜਦੋਂ ਜ਼ਮੀਨਾਂ ਦੇ ਰਿਸ਼ਤੇ ਨਿਰਭਰ ਹੋਇਆ ਕਰਦੇ ਸੀ, ਬੰਦਾ ਤਾਂ ਬਹੁਤ ਖੁਸ਼ ਹੈ ਪਰ ਕੁੜੀ ਦੀਆਂ ਕੀ ਸਮੱਸਿਆਵਾਂ ਨੇ, ਗੀਤਾਂ ਰਾਹੀਂ ਗੱਲ ਕਰਾਂਗੇ। ਉਹੀ ਗੀਤ ਤੁਹਾਡਾ ਆਪਣਾ ਗੀਤ, ਧੰਨਵਾਦ ਵਿਚੋਲੇ ਦਾ ਚਾੜਤਾ ਉੱਚੇ ਡਿੱਬੇ 'ਤੇ ਪਾਣੀ, ਕਿਉਂਕਿ ਵਿਚੋਲੇ ਕੁਛ ਤਾਂ ਠਾਂ ਵੀ ਕਰ ਲੈਂਦੇ ਆ। ਵਿਚੋਲਾ ਗਰਚਾ ਭੈਣ ਜੀ ਕਹਿੰਦੇ ਵਿਚੋਲਾ ਵਿਚੋਲਾ। ਸੋ ਇਹੋ ਜਿਹੀਆਂ ਗੱਲਾਂ ਵਰਗਾ ਮਿਸ ਮੈਚ ਗੀਤ ਮੇਰਾ ਅਤੇ ਗੁਰਲੇਜ ਅਖਤਰ ਜੀ ਦਾ ਗਾਇਆ ਤੁਹਾਡੀ ਨਜ਼ਰ 'ਚ ਲੱਗਿਆ, ਧੰਨਵਾਦ ਵਿਚੋਲੇ ਦਾ ਚਾੜਤਾ ਉੱਚੇ ਡਿੱਬੇ 'ਤੇ ਪਾਣੀ ਔਰ ਫੀਚਰਿੰਗ ਮੈਡਮ ਸੁਖਰੀਤ ਜੀ। ਆ ਜਾਓ ਫਿਰ ਮੈਂ ਕਾਲਜ ਦੇ ਵਿੱਚ ਪੜ੍ਹਦੀ ਸੀ, ਨਿਤ ਬੇਬੇ ਦੇ ਨਾਲ ਲੜਦੀ ਸੀ, ਬੇਬੇ ਦੇ ਨਾਲ ਲੜਦੀ ਸੀ।
ਮਾਲਕ ਚਾਲੀ ਏਕੜ ਦਾ ਇਹ ਰਿਸ਼ਤਾ ਹੋਇਆ ਛੇਕੜ ਦਾ ਮਾਲਕ ਚਾਲੀ ਏਕੜ ਦਾ ਇਹ ਰਿਸ਼ਤਾ ਹੋਇਆ ਮਾਂ ਬਾਪ ਦੂਜ ਦੀ ਗੱਲ ਕਰੀ ਬਸ ਹੋ ਗਈ ਫਿੱਟ ਕਹਾਣੀ ਦੀਪੇ ਵੀਰੇ ਮੈਂ ਕਿਸੇ ਪਾਸੇ ਬੂਝਣ ਲੱਗਦਾ ਸਾਡੇ ਪਿੰਡ ਜਦੋਂ ਲਾਈਟ ਪੈ ਜਾਂਦੀ ਮੇਰੀ ਮੰਮੀ ਮੈਨੂੰ ਫੜ ਕੇ ਬਾਹਰ ਕੱਢ ਲੈਂਦੀ ਬੇਟਾ ਮਾੜਾ ਜਿਹਾ ਚਾਨਣ ਕਰੀ ਜੱਟ ਮਾਲਕ ਚਾਲੀ ਏਕੜ ਦਾ ਇਹ ਰਿਸ਼ਤਾ ਹੋਇਆ ਛੇਕੜ ਦਾ ਮਾਲਕ ਚਾਲੀ ਏਕੜ ਦਾ ਇਹ ਰਿਸ਼ਤਾ ਹੋਇਆ ਮਾਤਾ ਜਦੂਜ ਦੀ ਗੱਲ ਕਰੀ ਬਸ ਹੋ ਗਈ ਫਿੱਟ ਕਹਾਣੀ ਧੰਨਵਾਦ ਵਿਚੋਲੇ ਦਾ ਝਾੜਤਾ ਉੱਚੇ ਪਿੱਛੇ ਤੇ ਪਾਣੀ ਧੰਨਵਾਦ ਵਿਚੋਲੇ ਦਾ ਝਾੜਤਾ ਉੱਚੇ ਪਿੱਛੇ ਤੇ ਪਾਣੀ ਧੰਨਵਾਦ ਵਿਚੋਲੇ ਦਾ ਝਾੜਤਾ ਉੱਚੇ ਪਿੱਛੇ ਤੇ ਪਾਣੀ ਪਿਛਲੇ ਜਨਮਾਂ ਦਾ ਕੋਈ ਕੁੰਡ ਗਊਦਾ ਲੱਗ ਗਿਆ ਤੂੰ ਲਾਟੂ ਜੱਟੀਏ ਬਿਜਲੀ ਦਾ ਮੇਰੇ ਵਿਹੜੇ ਦੇ ਵਿੱਚ ਜੱਗ ਗਿਆ ਇਹ ਭੀਜਿਆ ਪਿਛਲੇ ਜਨਮਾਂ ਦਾ ਕੋਈ ਕੁੰਨ ਗਊਦਾ ਲੱਗ ਗਿਆ ਤੂੰ ਲਾਟੂ ਜੱਟੀਏ ਬਿਜਲੀ ਦਾ ਮੇਰੇ ਵਿਹੜੇ ਦੇ ਵਿੱਚ ਜੱਗ ਗਿਆ ਨਾ ਟੱਕਾ ਪੂਰਾ ਕਰ ਜੱਟੀਏ ਬੈਠੀ ਚੌਧਰ ਕਰ ਜੱਟੀਏ ਨਾ ਦੱਤਾ ਦੂਰਾ ਕਰ ਜੱਟੀਏ ਕਰ ਬੈਠੀ ਚੌਧਰ ਕਰ ਜੱਟ ਰਾਜਾ ਬਣੀਏ ਖੇਤਾਂ ਦਾ ਤੇ ਬਣ ਜਾ ਘਰ ਦੀ ਰਾਣੀ ਧੰਨਵਾਦ ਵਿਚੋਲੇ ਦਾ ਝਾੜਤਾ ਉੱਚੇ ਪਿੱਛੇ ਤੇ ਪਾਣੀ ਧੰਨਵਾਦ ਵਿਚੋਲੇ ਦਾ ਝਾੜਤਾ ਉੱਚੇ ਪਿੱਛੇ ਤੇ ਪਾਣੀ ਧੰਨਵਾਦ ਵਿਚੋਲੇ ਦਾ ਝਾੜਤਾ ਉੱਚੇ ਪਿੱਛੇ ਤੇ ਪਾਣੀ ਕਾਲਜ ਵਿੱਚ ਜੰਮੀਆਂ ਕੁੜੀਆਂ ਨੇ ਮੈਂ ਸਭ ਤੋਂ ਏਸੀ ਦੇ ਵਿੱਚ ਰਹਿਣ ਵਾਲੇ ਪਿੰਡੇ ਤੋਂ ਤਿਲ ਕੇ ਮੱਖੀ ਵੇ ਕਾਲਜ ਵਿੱਚ ਜਿੰਨੀਆਂ ਕੁੜੀਆਂ ਨੇ ਮੈਂ ਸਭ ਤੋਂ ਵੱਧ ਸੁਨੱਖੀ ਵੇ ਮੈਂ ਤੇ ਏਸੀ ਦੇ ਵਿੱਚ ਰਹਿਣ ਵਾਲੇ ਪਿੰਡੇ ਤੋਂ ਤਿਲ ਕੇ ਮੱਖੀ ਵੇ ਮੇਰਾ ਬਾਪੂ ਬੜਾ ਨਗੋਚੀ ਵੇ ਮੈਂ ਕਹੂੰ ਜੇ ਮੈਂ ਕਹੂੰ ਜੇ
ਵਿੱਚੋਂ ਕੋਠੀ ਚੱਕ ਮਿਲੀ ਵਿੱਚ ਟੈਲੀਵਿਜ਼ਨ ਦੇਖਣ ਨੂੰ ਰਾਤਾਂ ਨੇ ਠੱਡੀਆਂ ਮਾਹਕਦੀਆਂ ਤੈਨੂੰ ਹੀਟਰ ਲਾ ਦੋ ਸੇਕਣ ਨੂੰ ਵਿੱਚੋਂ ਕੋਠੀ ਚੱਕ ਮਿਲੀ ਵਿੱਚ ਟੈਲੀਵਿਜ਼ਨ ਦੇਖਣ ਨੂੰ ਰਾਤਾਂ ਨੇ ਠੱਡੀਆਂ ਮਾਹਕਦੀਆਂ ਤੈਨੂੰ ਹੀਟਰ ਲਾ ਦੋ ਸੇਕਣ ਨੂੰ ਰਣਵੀਰ ਜਸੌਂਦੇ ਵਾਲਾ ਨੂੰ ਜਟੀਏ ਕਾਲਾ ਨੀ ਰਣਵੀਰ ਜਸੌਂਦੇ ਵਾਲਾ ਨੀ ਨਾ ਦਿਲ ਦਾ ਜਟੀਏ ਕਾਲਾ ਨੀ ਲੋਕਾਂ ਦੇ ਧੀ ਪੁੱਤ ਸਿਆਣੇ ਨੇ ਤੂੰ ਬਣ ਜਾ ਆਪ ਸਿਆਣੀ ਧੰਨਵਾਦ ਵਿਚੋਲੇ ਦਾ ਝਾੜਤਾ ਉੱਚੇ ਤੇਰੇ ਦੇ ਪਾਣੀ ਧੰਨਵਾਦ ਵਿਚੋਲੇ ਦਾ ਝਾੜਤਾ ਉੱਚੇ ਤੇਰੇ ਦੇ ਪਾਣੀ ਧੰਨਵਾਦ ਵਿਚੋਲੇ ਦਾ ਝਾੜਤਾ ਉੱਚੇ ਤੇਰੇ ਦੇ ਪਾਣੀ ਰਾਤ ਵਿਚੋਲੇ ਦਾ ਚੜਦਾ ਉੱਚੇ ਟਿੱਬੇ ਤੇ ਪਾਣੀ ਇੱਕ ਵਾਰੀ ਤਾੜੀਆਂ ਮਾਰ ਦਿਓ ਜਿਹਦੇ ਤੋਂ ਪਾਣੀ ਉੱਚੇ ਟਿੱਬੇ ਤੇ ਚੜ ਗਿਆ ਜਿੰਨਾ ਪੈਟਰੋਲ ਅਸੀਂ ਤੇਰੇ ਪਿੱਛੇ ਇੱਕ 2010 ਚ ਮੇਰਾ ਗੀਤ ਬਹੁਤ ਜ਼ਿਆਦਾ ਸੁਪਰ ਹਿੱਟ ਹੋਇਆ ਸੀ ਜਿੰਨਾ ਪੈਟਰੋਲ ਅਸੀਂ ਤੇਰੇ ਪਿੱਛੇ ਫੂਕ ਦਿੱਤਾ ਇੰਨੇ ਵਿੱਚ ਮਿੱਤਰਾਂ ਦਾ ਪੰਪ ਲੱਗ ਜਾਣਾ ਸੀ ਚੱਕ ਕੇ ਕਿਤਾਬਾਂ ਜੇ ਨਹੀਂ ਕਾਲਜ ਨੂੰ ਗਏ ਹੁੰਦੇ ਹੁਣ ਤੱਕ ਮਿੱਤਰਾਂ ਨੇ ਡੀਸੀ ਬਣ ਜਾਣਾ ਸੀ ਦੋਸਤਾਂ ਮਿੱਤਰਾਂ ਦੀ ਫਰਮਾਇਸ਼ ਇੱਕ ਸੋਲੋ ਗੀਤ ਔਰ ਉਸ ਤੋਂ ਬਾਅਦ ਮੇਰੇ ਬਹੁਤ ਹੀ ਰਿਸਪੈਕਟ ਸਤਿਕਾਰਯੋਗ ਵੱਡੇ ਭਾਅ ਜੀ ਭਿੰਦੇ ਸ਼ਾਹ ਰਾਜੇਵਾਲੀਆ ਔਰ ਮੈਡਮ ਜਸਪ੍ਰੀਤ ਜੀ ਹਾਜ਼ਰੀ ਲਵਾਉਣਗੇ ਉਹਨਾਂ ਦੇ ਸਜਿੰਦੇ ਨੇੜੇ ਆ ਚੁੱਕੇ ਆ ਸਿਰਫ 15 ਮਿੰਟ ਨਾਗਰਾ ਸਾਹਿਬ ਨੇ ਕਿਹਾ ਹੋਰ ਲਾ ਦਿਓ ਇੱਕ ਵਾਰੀ ਫਿਰ ਤੁਸੀਂ ਜਿੰਨੇ ਵੀ ਕਦਮ ਚੱਲ ਕੇ ਆਏ ਹੋ ਬਾਬਾ ਜੀ ਸਾਰਿਆਂ ਦੀਆਂ ਮਨੋਕਾਮਨਾਵਾਂ ਤਮੰਨਾਵਾਂ ਪੂਰੀਆਂ ਕਰਨ ਸੋ ਪੈਟਰੋਲ ਗੀਤ ਦੀ ਫਰਮਾਇਸ਼ ਤੁਹਾਡੀ ਨਜ਼ਰ ਹਾਂਜੀ ਸਾਡੇ ਭੈਣ ਜੀ ਜੋਗਿੰਦਰ ਕੌਰ ਜੀ ਉਹਨਾਂ ਵੱਲੋਂ ਬੜਾ ਮਾਣ ਸਤਿਕਾਰ ਅਵਤਾਰ ਸਿੰਘ ਜੀ ਨਾਗਰਾ ਸਾਹਿਬ ਸੋਢੀ ਨਾਗਰਾ ਸਾਹਿਬ ਹਰਪ੍ਰੀਤ ਸਿੰਘ ਨਾਗਰਾ ਸਾਹਿਬ ਜੋਨੀ ਬਾਈ ਜੀ ਟੇਲਰ ਜੀ ਬੜਾ ਮਾਣ ਸਤਿਕਾਰ ਦੀਪਾ ਬਾਈ ਸਾਡੇ ਨਾਗਰਾ ਸਾਹਿਬ ਉਹਨਾਂ ਵੱਲੋਂ ਬੜਾ ਮਾਣ ਸਤਿਕਾਰ ਅਮਰਦੀਪ ਸਿੰਘ ਜੀ ਸਾਡੇ ਬਾਈ ਜੀ ਉਹਨਾਂ ਵੱਲੋਂ ਬੜਾ ਮਾਣ ਸਤਿਕਾਰ ਸ਼ੁਕਰੀਆ ਮਿਹਰਬਾਨੀ ਝੱਖੜਾਂ ਦੇ ਵਿੱਚ ਥੋੜ੍ਹੇ ਦੀਵੇ ਜਗਦੇ ਨੇ ਸੋਢੀ ਬਾਈ ਜੀ ਝੱਖੜਾਂ ਦੇ ਵਿੱਚ ਥੋੜ੍ਹੇ ਦੀਵੇ ਜਗਦੇ ਨੇ ਉਹ ਯਾਰ ਉਹਨੇ ਨਹੀਂ ਹੁੰਦੇ ਜਿੰਨੇ ਲੱਗਦੇ ਨੇ ਉਹ ਸੋਢੀ ਆਖਸ ਨਾ ਰੱਖੀ ਫਿੱਕਾ ਪੈ ਜਾਏਗਾ ਨਾ ਸੱਜਣਾ ਨੂੰ ਪਰਖੀ ਇਕੱਲਾ ਰਹਿ ਜਾਏਗਾ ਨਾ ਯਾਰਾਂ ਨੂੰ ਪਰਖੀ ਇਕੱਲਾ ਰਹਿ ਜਾਏਗਾ ਸਾਡਾ ਵੱਡਾ ਵੀਰ ਅਵਤਾਰ ਸਿੰਘ ਜੀ ਸੋਢੀ ਨਾਗਰਾ ਸਾਹਿਬ ਜਿਹਨਾਂ ਦੀ ਬਦੌਲਤ ਸਾਨੂੰ ਤੁਹਾਡੀ ਸੇਵਾ ਕਰਨ ਦਾ ਮੌਕਾ ਮਿਲਿਆ ਹਰਪ੍ਰੀਤ ਨਾਗਰਾ ਸਾਹਿਬ ਜੋਨੀ ਟੇਲਰ ਜੀ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਦੀਪਾ ਨਾਗਰਾ ਸਾਹਿਬ ਅਮਰਦੀਪ ਨਾਗਰਾ ਸਾਹਿਬ ਉਹਨਾਂ ਵੱਲੋਂ ਬੜਾ ਮਾਣ ਸਤਿਕਾਰ ਉਹੀ ਆਵਾਜ਼ ਉਹੀ ਅੰਦਾਜ਼ ਬਾਈ ਸੋਨੂੰ ਵਰਕ ਬੜੇ ਸਾਰੇ ਗਾਣਿਆਂ ਨੂੰ ਤੁਸੀਂ ਤਿਆਰ ਕੀਤਾ ਪਰ ਗਰਚਾ ਮੈਡਮ ਦੀ ਇੱਕ ਫਰਮਾਇਸ਼ ਹੈ ਮੇਰੇ ਉਸਤਾਦ ਜੀ ਦਾ ਗਾਣਾ ਨਹੀਂ ਮੈਂ ਪੁੱਤ ਤਾਂ ਜੱਟ ਦਾ ਸੀ ਕਮਲੀ ਔਰ ਰਨ ਨੇ ਸਾਧ ਬਣਾ ਤਾ ਥੋੜ੍ਹਾ ਥੋੜ੍ਹਾ ਮੈਂ ਸਾਰਾ ਹੀ ਹਾਂਜੀ 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 ਕਿਉਂਕਿ ਗਰਚਾ ਮੈਡਮ ਵੀ ਬਹੁਤ ਪੁਰਾਣੇ ਆ ਉਸਤਾਦ ਜੀ ਨਾਲ ਬਹੁਤ ਸਾਰਾ ਇਹਨਾਂ ਦਾ ਪਿਆਰ ਸਤਿਕਾਰ ਸੀ ਬੜੇ ਮੇਲਿਆਂ 'ਤੇ ਅਸੀਂ ਪਹਿਲਾਂ ਵੀ ਬਹੁਤ ਵਾਰੀ ਇਕੱਠੇ ਹੋਏ ਹਾਂ ਬੱਛੋਆਣਾ ਮੋਹਾਲੀ ਲਾਂਡਰਾਂ ਸਨੇਟਰਾ ਪਤਾ ਨਹੀਂ ਕਿੱਥੇ ਕਿੱਥੇ ਸੋ ਬੜਾ ਸਾਰਾ ਪਿਆਰ ਸਤਿਕਾਰ ਦੋ ਕੁ ਸ਼ੇਰ ਉਹੀ ਸ਼ੇਰ ਦੀ ਫਰਮਾਇਸ਼ ਹੈ ਤੁਹਾਡੀ ਨਜ਼ਰ ਕਰੂੰਗਾ ਔਰ ਉਸ ਤੋਂ ਬਾਅਦ ਮੈਂ ਪੁੱਤ ਤਾਂ ਜੱਟ ਦਾ ਸੀ ਵਿੱਚ ਹੀ ਆਪਾਂ ਭੈਣ ਜੀ ਦੀ ਫਰਮਾਇਸ਼ ਹੈ ਕਰਮਾ ਬਾਜ ਪਿਆਰਿਓ ਜੀਣ ਕੋਈ ਨਾ ਤੇ ਭਾਵੇਂ ਸਿਰ ਤੇ ਲਾਲਾਂ ਦੀ ਪੰਡ ਹੋਵੇ ਉਹ ਵੀ ਵਿਕਣ ਬਾਜ਼ਾਰਾਂ ਵਿੱਚ ਮੰਦੇ ਤੇ ਭਾਵੇਂ ਮਗਰ ਦਲਾਲਾਂ ਦੀ ਦੰਡ ਹੋਵੇ ਬੀਜੋ ਕਣਕ ਤੇ ਉਗ ਬਗਾਟ ਪੈਂਦਾ ਭਾਵੇਂ ਖਾਸ ਨਿਆਈ ਦੀ ਵੰਡ ਹੋਵੇ ਭਾਈਆਂ ਬਾਜ ਮੁਹੰਮਦਾ ਕੰਡ ਨੰਗੀ ਤੇ ਭਾਵੇਂ ਮਗਰ ਕਬੀਲੇ ਦੀ ਕੰਡ ਹੋਵੇ
ਜਿੰਨਾ ਟਾਈਮ ਮਿੱਤਰਾਂ ਨੇ ਤੇਰੇ ਪਿੱਛੇ ਗਾਲ ਦਿੱਤਾ ਰੱਬ ਨੂੰ ਤੇ ਆਉਂਦੇ ਸਾਨੂੰ ਰੱਬ ਮਿਲ ਜਾਣਾ ਸੀ। ਚੱਕ ਕੇ ਕਿਤਾਬਾਂ ਜੇ ਨੀ ਕਾਲਜ ਨੂੰ ਗਏ ਹੁੰਦੇ ਹੁਣ ਤੱਕ ਮਿੱਤਰਾਂ ਨੇ ਡੀਸੀ ਬਣ ਜਾਣਾ ਸੀ। ਜਿੰਨਾ ਪੈਟਰੋਲ ਅਸੀਂ ਤੇਰੇ ਪਿੱਛੇ ਫੂਕ ਦਿੱਤਾ ਇੰਨੇ ਵਿੱਚ ਮਿੱਤਰਾਂ ਦਾ ਪੰਪ ਲੱਗ ਜਾਣਾ ਸੀ। ਆ ਕਿਸੇ ਵੀ ਗਵਾਈਏ ਦੇ ਗਵਾਂਢ ਵਿੱਚ ਰਹਿੰਦੇ ਹੁੰਦੇ ਹੁਣ ਤੱਕ ਮਿੱਤਰਾਂ ਨੇ ਗਾਉਣ ਲੱਗ ਜਾਣਾ ਸੀ। ਮਾਪਿਆਂ ਦੇ ਆਖੇ ਲੱਗ ਵਿਆਹ ਜੇ ਕਰਾਇਆ ਹੁੰਦਾ ਹੁਣ ਤੱਕ ਮਿੱਤਰਾਂ ਨੇ ਡੈਡੀ ਬਣ ਜਾਣਾ ਸੀ। ਕਿਉਂਕਿ ਜਦੋਂ ਇਹ ਗਾਣਾ ਚੱਲਦਾ ਸੀ ਉਦੋਂ ਟਾਈਮ ਟੀ ਵੀ ਹੁੰਦਾ ਸੀ, PTC ਵਗੈਰਾ ਕੁਛ ਨਹੀਂ ਸੀ ਹੁੰਦਾ। ਬੜੇ ਭੈਣ ਜੀ ਉਹਨਾਂ ਦੇ ਮਾਤਾਵਾਂ ਦੇ ਫੋਨ ਆਉਣੇ ਵੀ ਸਾਡਾ ਮੁੰਡਾ ਵੀ ਬਹੁਤ ਪੈਟਰੋਲ ਫੂਕਦਾ, ਬਹੁਤ ਤੇਲ ਫੂਕਦਾ। ਮੈਂ ਕਿਹਾ ਜੀ ਕੋਈ ਨਹੀਂ, ਵਿਆਹ ਕਰਾਉਂਗੇ ਉਹਨੇ ਡੈਡੀ ਬਣ ਜਾਣਾ। ਤੁਹਾਡਾ ਵੀ ਫੂਕਦਾ ਸੀ? ਚੱਲ ਹੁਣ ਤਾਂ ਕਨੇਡਾ ਜਾ ਕੇ ਡਾਲਰ ਕਮਾਉਣ ਲੱਗ ਗਿਆ। ਸੋ ਭੈਣ ਜੀ ਉਹਨਾਂ ਦੀ ਫਰਮਾਇਸ਼, ਉਸਤਾਦ ਜੀ ਦਾ ਗਾਣਾ ਨਹੀਂ, ਮੈਂ ਪੁੱਤ ਤਾਂ ਜੱਟਦਾ ਸੀ ਕੰਮ ਲਈ ਉਹ ਰੰਨ ਦੇ ਸਾਥ ਬਣਾਉਣਾ ਇੱਕ ਸਥਾਈ ਅੰਤਰਾ ਨਹੀਂ ਭੈਣ, ਕਿਉਂਕਿ ਭਰਾ ਭੈਣਾਂ ਤੋਂ ਕੁਛ ਨਹੀਂ ਲਗਾਉਂਦੇ, ਪਤਾ ਹੀ ਹੁੰਦਾ ਵੱਡੀਆਂ ਭੈਣਾਂ ਨੂੰ ਸਾਰਾ ਕੁਛ। ਸੋ ਉਸਤਾਦ ਜੀ ਦਾ ਗੀਤ ਫਕੀਰ ਚੰਦ ਪਤੰਗਾ ਸਾਹਿਬ ਦਾ ਨਹੀਂ, ਮੈਂ ਪੁੱਤ ਤਾਂ ਜੱਟਦਾ ਸੀ ਇੱਕ ਕਲੀ ਫੋ ਗੀਤ ਤੁਹਾਡੀ ਨਜ਼ਰ ਦੂਸਰੇ ਗੱਲ ਦੂਸਰੇ ਗੱਲ ਜਦੋਂ ਰਾਂਝਾ ਕੰਨਾਂ ਦੇ ਵਿੱਚ ਮੁੰਦਰਾ ਪਵਾ ਕੇ ਰੰਗਪੁਰ ਖੇੜੇ ਪਹੁੰਚ ਜਾਂਦਾ, ਰੰਗਪੁਰ ਖੇੜੇ ਦੀਆਂ ਕੁੜੀਆਂ ਖੂਹ ਦੇ ਉੱਤੇ ਪਾਣੀ ਭਰਦੀਆਂ ਨੇ ਤੇ ਤਾਨਾ ਮਾਰਦੀਆਂ ਕਿ ਭਾਡੋਂ ਦਾ ਭਜਾਇਆ ਜੱਟ ਸਾਧ ਹੋਇਆ ਫਿਰਦਾ। ਉਹਨਾਂ ਕੁੜੀਆਂ ਦਾ ਤਾਨਾ ਸੁਣ ਕੇ ਰਾਂਝਾ ਕੁੜੀਆਂ ਨੂੰ ਕੀ ਕਹਿੰਦਾ? ਧਿਆਨ ਦੇਣ ਵਾਲੀ ਗੱਲ ਹੈ ਬਾਈ ਜੀ, ਕੁੜੀਓ ਨੀ ਨਾ ਮਾਰੋ ਅੱਜ ਫੱਖਰ ਨੂੰ ਤਾਨੇ, ਪੀਤੇ ਪੁੱਤ ਚੌਧਰੀ ਦਾ ਕਮਲੀਓ ਪੈ ਗਿਆ ਬਸ ਬਗਾਨੇ। ਪਾਣੀ ਭਰਦੀਓ ਕੁੜੀਓ ਨੀ ਨਾ ਮਾਰੋ ਅੱਜ ਫੱਖਰ ਨੂੰ ਤਾਨੇ, ਪੀਤੇ ਪੁੱਤ ਚੌਧਰੀ ਦਾ ਕਮਲੀਓ ਪੈ ਗਿਆ ਬਸ ਬਗਾਨੇ। ਮਾਪੇ ਮਰੇ ਨੇ ਮਰੇ ਨਿਆਣੇ ਦੇ ਰੱਬ ਨੇ ਬਸ ਪਾਇਆ ਦੇ ਪਾਤਾ, ਨੀ ਮੈਂ ਪੁੱਤ ਤਾਂ ਜੱਟਦਾ ਸੀ ਕਮਲੀਓ ਰੰਨ ਨੇ ਸਾਥ ਬਣਾਤਾ, ਨੀ ਮੈਂ ਪੁੱਤ ਤਾਂ ਜੱਟਦਾ ਸੀ ਕਮਲੀਓ ਰੰਨ ਨੇ ਸਾਥ ਆ
ਪਾਲੇ ਨੂੰ ਕੱਢਿਆ ਰੁੱਖਾ ਟੁੱਕ ਖਵਾ ਕੇ ਨੇਣੇ ਮਾਰੇ ਭਾਬੀਆਂ ਨੇ ਜਲਿਆ ਸਿਆਲੋ ਹੀਰ ਵਿਆਹ ਕੇ ਮੱਖਣਾ ਦੇ ਪਾਲੇ ਨੂੰ ਕੱਢਿਆ ਰੁੱਖਾ ਟੁੱਕ ਖਵਾ ਕੇ ਨੇਣੇ ਮਾਰੇ ਭਾਬੀਆਂ ਨੇ ਜਲਿਆ ਸਿਆਲੋ ਹੀਰ ਵਿਆਹ ਕੇ ਕੀਤਾ ਬੁਰਾ ਕਿਸੇ ਦਾ ਪੁੱਤ ਜੱਟ ਦਾ ਸੀ ਕਮਲੀਓ ਮਨ ਨੇ ਸਾਜ ਬਣਾ ਮਾੜਾ ਜਿਹਾ ਬੋਲ ਦਿਓ ਫਿਰ ਲਾਸਟ ਗੀਤ ਲਾਸਟ ਕਹਿੰਦੇ ਇਸ਼ਕ ਦੇ ਵਪਾਰ ਵਿੱਚੋਂ ਖੱਟੀ ਕੌਣ ਖੱਟਦਾ ਇਸ਼ਕ ਦੇ ਵਪਾਰ ਵਿੱਚੋਂ ਖੱਟੀ ਕੌਣ ਖੱਟਦਾ ਪੱਟਿਆ ਖੁਦਾ ਵੀ ਇਸ ਇਸ਼ਕ ਵਾਲੀ ਸੱਟਦਾ ਇਸ਼ਕ ਦੇ ਆ ਪੱਟਿਆਂ ਦਾ ਕਿਤੇ ਕੋਈ ਇਲਾਜ ਨਹੀਂ ਇਹ ਇਸ਼ਕ ਨੇ ਸਿਰਾਂ ਦੇ ਉੱਤੇ ਰਹਿਣ ਦਿੱਤੇ ਤਾਜ ਨਹੀਂ ਇਹ ਇਸ਼ਕ ਜਿਨ੍ਹਾਂ ਦੇ ਪੇ ਨਾ ਪਲੀਜ਼ ਇਹ ਇਸ਼ਕ ਜਿਨ੍ਹਾਂ ਦੇ ਪੇਸ਼ ਪਵੇ ਸਭ ਵੱਟ ਕਢਾ ਕੇ ਛੱਡਦਾ ਹੈ ਇੱਕ ਵੀ ਵਲ ਵਿੱਚ ਰਹਿਣ ਨਹੀਂ ਦਿੰਦਾ ਸਭ ਤੀਰ ਬਣਾ ਕੇ ਛੱਡਦਾ ਹੈ ਇਹ ਬਾਦਸ਼ਾਹਾਂ ਦੇ ਹੱਥਾਂ ਦੇ ਵਿੱਚ ਕਾਸਾ ਦੇ ਕੇ ਛੱਡਦਾ ਹੈ ਇਹ ਨਵੀ ਦੇ ਨਿਵਾਸੀਆਂ ਦੇ ਸੀਸ ਦੇਖੋ ਕੱਟਦਾ ਇਹ ਲੈਲਾ ਦੇ ਕੁੱਤਿਆਂ ਦੇ ਪੈਰ ਦੇਖੋ ਚੱਟਦਾ ਇਹ ਚਮੜੀ ਲਹਾਏ ਬਿਨਾਂ ਮੂਲ ਨਹੀਂ ਉਹ ਹਟਦਾ ਇਸ਼ਕ ਦੇ ਵਪਾਰ ਵਿੱਚੋਂ ਖੱਟੀ ਕੌਣ ਖੱਟਦਾ ਪੱਟਿਆ ਖੁਦਾ ਵੀ ਇਸ਼ਕ ਵਾਲੀ ਸੱਟਦਾ ਕਹਿੰਦੇ ਅੱਗ ਤੇ ਇਸ਼ਕ ਦਾ ਸੇਕ ਕੀ ਪੁੱਛਦਾ ਵੇ ਹੁੰਦਾ ਇਸ਼ਕ ਦਾ ਸੇਕ ਬਥੇਰਾ ਅੱਗ ਤਾਂ ਸਾੜੇ ਕੱਖ ਤੇ ਕਾਨੇ ਇਸ਼ਕ ਸਾੜੇ ਦਿਲ ਮੇਰਾ ਵੇ ਅੱਗ ਦਾ ਦਾਰੂ ਠੰਡਾ ਪਾਣੀ ਦੱਸ ਇਸ਼ਕ ਦਾ ਦਾਰੂ ਕਿਹੜਾ ਬੁੱਲੇ ਸ਼ਾਹ ਉਹ ਘਰ ਨਹੀਂ ਵੱਸਦੇ ਜਿੱਥੇ ਇਸ਼ਕ ਨੇ ਲਾ ਲਿਆ ਡੇਰਾ ਕਿ ਜਿੱਥੇ ਇਸ਼ਕ ਨੇ ਲਾ ਲਿਆ ਡੇਰਾ ਸੋ ਅਗਲੀ ਗੱਲ ਸਾਡਾ ਬਾਈ ਕਹਿੰਦੇ ਪਿਆਰ ਕੀਆ ਤੋਂ ਬਦਨਾਮ ਹੋ ਗਏ ਰੀਤ ਪਿਆਰ ਕੀਆ ਤੋਂ ਬਦਨਾਮ ਹੋ ਗਏ ਅਰੇ ਚਰਚੇ ਹਮਾਰੇ ਸ਼ਰੇਆਮ ਹੋ ਗਏ ਅਰੇ ਜ਼ਾਲਮ ਨੇ ਦਿਲ ਵੀ ਉਸ ਸਮੇਂ ਤੋੜਾ ਜਬ ਹਮ ਉਸਕੇ ਪਿਆਰ ਕੇ ਗੁਲਾਮ ਹੋ ਗਏ ਜਬ ਹਮ ਉਸਕੇ ਪਿਆਰ ਕੇ ਗੁਲਾਮ ਹੋ ਗਏ ਯੁੱਗ ਯੁੱਗ ਵੱਸਦੇ ਰਹੋ ਜਵਾਨੀਆਂ ਮਾੜੋ ਅਤੇ ਕਹਿੰਦੇ ਗਾਉਣ ਪਾਣੀਆਂ ਨੇ ਚੱਲਦੀ ਰਹਿਣਾ ਸੱਜਣਾ ਨੇ ਸੁਨੇਹੇ ਘੱਲਦੀ ਰਹਿਣਾ ਮਿੱਤਰਾਂ ਨੇ ਰਾਮਾ ਮੱਲਦੀ ਰਹਿਣਾ ਅੱਜ ਦੀ ਇਸ ਮਹਿਫਲ ਦਾ ਸੋਨੂ ਵਿਰਕ ਦੀ ਪਾਰਟੀ ਦਾ ਲਾਸਟ ਗੀਤ ਥੈਂਕਸ ਆਲ ਆਫ ਯੂ ਮੈਡਮ ਜੀ ਲਈ ਇੰਨਾ ਹੀ ਕਹੂੰਗਾ ਵੀ ਕਿਸੇ ਕਿਸੇ ਨੂੰ ਰਜਵਾਂ ਰੂਪ ਦੇਵੇਂ ਪਤਲੇ ਬੁੱਲ ਤੇ ਮਿੱਠੀ ਜ਼ੁਬਾਨ ਕਰਦਾ ਕਿਸੇ ਕਿਸੇ ਨੂੰ ਰਜਵਾਂ ਰੂਪ ਦੇਵੇਂ ਪਤਲੇ ਬੁੱਲ ਤੇ ਮਿੱਠੀ ਜ਼ੁਬਾਨ ਕਰਦਾ ਅੱਖਾਂ ਸੋਹਣੀਆਂ ਚੰਦਰਮਾ ਵਾਂਗ ਮੱਥਾ ਸੇਲੀ ਮੋੜ ਕੇ ਵਾਂਗ ਕਮਾਨ ਕਰਦਾ ਤੈਨੂੰ ਪੁੱਛੇ ਵਿਰਕ ਤੂੰ ਦੱਸ ਰੱਬਾ ਇਕੱਠਾ ਹੋਸਨ ਦਾ ਕਿੱਥੋਂ ਸਮਾਨ ਕਰਦਾ ਇੱਕ ਵਾਰੀ ਤਾੜੀਆਂ ਮਾਰ ਦਿਓ ਭੈਣ ਜੀ ਉਹਨਾਂ ਲਈ ਥੈਂਕ ਯੂ ਸੋ ਮੱਚ ਲਾਸਟ ਗੀਤ ਫੌਜੀ ਭਿੰਦਰ ਭਾਈ ਤਾਂ ਸਾਡਾ ਸਾਡਾ ਤਾਂ ਭਰਾ ਥੋੜ੍ਹਾ ਜਿਹਾ ਵੱਡਾ ਹੋ ਗਿਆ ਸੋ ਲਾਸਟ ਗੀਤ ਕਿਉਂਕਿ ਸਮੇਂ ਦੀ ਨਿਜਾਤ ਨੂੰ ਪਛਾਣਦੇ ਹਾਂ ਇੱਕ ਸਥਾਈ ਅੰਤਰਾ ਲਾਸਟ ਪਹਿਲੇ ਲਲਕਾਰੇ ਦੀ ਫਰਮਾਇਸ਼ ਔਰ ਉਸ ਤੋਂ ਬਾਅਦ ਜੇ ਅਗਲੇ ਕਲਾਕਾਰ ਬਾਈ ਭਿੰਦੇ ਸ਼ਾਹ ਜੀ ਔਰ ਮੈਡਮ ਜਸਪ੍ਰੀਤ ਜੀ ਲਾਸਟ ਵੈਸੇ ਜਦੋਂ ਕਲਾਕਾਰ ਤੋਂ ਫੌਜੀ ਸਾਹਿਬ ਜਦੋਂ ਕਲਾਕਾਰ ਤੋਂ ਮਾਈਕ ਫੜੇ ਨਾ ਸਹੁੰ ਰੱਬ ਦੀ ਬਾਹਲਾ ਹੀ ਬੁਰਾ ਲੱਗਦਾ ਹੁੰਦਾ
ਪਰ ਸੋਨੂੰ ਕਹਿੰਦੇ ਟੁੱਟੀ ਮੰਜੀ ਬਾਣ ਪੁਰਾਣਾ ਵਿੱਚ ਦੀ ਦੀਂਦੇ ਤਾਰੇ ਮੈਂ ਤਾਂ ਵਸਣਾ ਫੌਜੀ ਦੇ ਚਾਹੇ ਬੂਟ ਸਣੇ ਲੱਤ ਮਾਰੇ ਕਿ ਮੈਂ ਤਾਂ ਵਸਣਾ ਫੌਜੀ ਦੇ ਕਹਿੰਦੀ ਮੱਝੀਆਂ ਨੂੰ ਖਲ ਪਾਵਾਂ ਪਿੰਦਰੇ ਕਹਿੰਦੀ ਮੱਝੀਆਂ ਨੂੰ ਖਲ ਪਾਵਾਂ ਉਹ ਫੌਜੀਆ ਤੂੰ ਮੈਨੂੰ ਰਹੇ ਦਿਸਦਾ ਜੇ ਮੈਂ ਫੌਜ 'ਚ ਰਲ ਜਾਵਾਂ ਕਿ ਫੌਜੀਆ ਤੂੰ ਮੈਨੂੰ ਰਹੇ ਦਿਸਦਾ ਕਹਿੰਦੀ ਫੌਜੀ ਫੌਜ ਵਿੱਚੋਂ ਆਇਆ ਮੈਨੂੰ ਕਾਂਟੇ ਨਹੀਂ ਲਿਆਇਆ ਵੇ ਮੈਂ ਕੰਮ ਬਥੇਰਾ ਕਰਦੀ ਭਿੰਦਰਾ ਮਾਂ ਤੇਰੀ ਅਜੇ ਮੇਰੇ ਨਾਲ ਲੜਦੀ ਗੱਲਾਂ ਦੱਸੂਗੀ ਇਕੱਲੇ ਨੂੰ ਉਹ ਚੱਲੂ ਫੌਜੀ ਆਵੇ ਤੇਰੇ ਨਾਲ ਬੰਬੇ ਨੂੰ ਕਿ ਚੱਲੂ ਫੌਜੀ ਆਵੇ ਤੇਰੇ ਨਾਲ ਬੰਬੇ ਨੂੰ ਜਿਉਂਦੇ ਰਹੋ ਚੱਕਦੇ ਸੋਨੂੰ ਚੱਕਦੇ ਇਹ ਸਾਡੇ ਭਿੰਦਰ ਸਾਉਂਡ ਵਾਲੇ ਫੌਜ 'ਚ ਰਿਟਾਇਰ ਹੋਏ ਤਾਂ ਕਰਕੇ ਇਹਨਾਂ ਦੇ ਸੋਲੇ ਗਾਏ ਜਾ ਰਹੇ ਇੱਕ ਵਾਰੀ ਫਿਰ ਤੁਸੀਂ ਜਿੰਨੇ ਵੀ ਕਦਮ ਚੱਲ ਕੇ ਆਏ ਹੋ ਨਾਗਰਾ ਪਰਿਵਾਰ ਵੱਲੋਂ ਬਾਈ ਸੋਢੀ ਨਾਗਰਾ ਜੀ ਵੱਲੋਂ ਔਰ ਅਵਤਾਰ ਸਿੰਘ ਨਾਗਰਾ ਬਾਈ ਜੀ ਵੱਲੋਂ ਸਾਰੀ ਟੀਮ ਵੱਲੋਂ ਸਾਰੀ ਪ੍ਰਬੰਧਕ ਕਮੇਟੀ ਵੱਲੋਂ ਪੀਰ ਬਾਬਾ ਸੁਧਾਰ ਗਾਜੀ ਨਾਰਾਵਲੀ ਸਾਰਿਆਂ 'ਤੇ ਮਿਹਰ ਭਰਿਆ ਹੱਥ ਰੱਖਣ ਸਾਰਿਆਂ 'ਤੇ ਕਿਰਪਾ ਕਰਨ ਸੋ ਲਾਸਟ ਗੀਤ ਦੀ ਫਰਮਾਇਸ਼ ਪਹਿਲੇ ਲਲਕਾਰੇ ਨਾਲ ਮੈਂ ਡਰ ਗਈ ਔਰ ਉਸ ਤੋਂ ਬਾਅਦ ਮਾਫੀ ਚਾਹਾਂਗੇ ਹਾਂਜੀ ਆ ਜਾਓ ਫਿਰ ਕੰਮ ਵੈਲੀਆਂ ਨੇ ਵੈਲ ਖੱਟਣੇ ਦੂਜਾ ਕੰਮ ਵੋਟ ਲਾ ਦੇ ਪੱਟ ਪੱਟਣੇ ਪਹਿਲਾ ਕੰਮ ਵੈਲੀਆਂ ਨੇ ਵੈਲ ਖੱਟਣੇ ਦੂਜਾ ਕੰਮ ਵੋਟ ਲਾ ਦੇ ਪੱਟ ਪੱਟਣੇ ਤੀਜਾ ਕੰਮ ਲੈਣੀ ਆਪਾਂ ਮੁੱਲ ਦੀ ਲੜਾਈ ਤੀਜਾ ਕੰਮ ਲੈਣੀ ਆਪਾਂ ਮੁੱਲ ਦੀ ਲੜਾਈ ਕੋਈ ਆਣ ਕੇ ਮਾਹੀ ਦਾ ਲਾਲ ਚੱਕਰੇ ਨੀ ਤੇਰੇ ਦਰ ਤੇ ਘਰਦੇ ਬੁਲਾਉਂਦਾ ਮੁੰਡਾ ਬੱਕਰੇ ਨੀ ਤੇਰੇ ਦਰ ਤੇ ਘਰਦੇ ਬੁਲਾਉਂਦਾ ਮੁੰਡਾ ਬੱਕਰੇ ਨੀ ਤੇਰੇ ਦਰ ਤੇ ਤੇਰੇ ਅੱਧ ਖੱਚ ਜਾਵਾਂ ਵੈਲੀ ਬਣਦਾ ਛਾਨੀ ਚ ਵੇਖ ਲੈ ਸਰੀਰ ਛੱਡਦਾ
ਸੁਲਫਾ ਸ਼ਰਾਬ ਪੀ ਮੈਂ ਰੱਚ ਕੀ ਹੱਦਾਂ ਚ ਸੁਲਫਾ ਸ਼ਰਾਬ ਪੀ ਮੈਂ ਰੱਚ ਕੀ ਹੱਦਾਂ ਚ ਰੋਗ ਟੋਟਿਆਂ ਦਾ ਫੈੜਾ ਅਸੀਂ ਲਾ ਲਿਆ ਚਲੇ ਨਸ਼ਿਆਂ ਨੇ ਕੁੰਡਮਾ ਸਰੀਰ ਸਾਰਾ ਖਾ ਲਿਆ ਇਹਨਾਂ ਨਸ਼ਿਆਂ ਨੇ ਚੰਦਲ ਸਰੀਰ ਸਾਰਾ ਖਾ ਲਿਆ ਇਹਨਾਂ ਨਸ਼ਿਆਂ ਨੇ ਖੁੱਲੇ ਕੇ ਸਪੰਨਾ ਸਿਰ ਰੱਖ ਪੱਟ ਕੇ ਮਾਰੀ ਬੈਗ ਨੱਥ ਕੀ ਨੇ ਤੇਰੀ ਲੱਤ ਤੇ ਹੋਰ ਕੋਈ ਤੇ ਮੁਝੇ ਦੇ ਹੱਥ ਲੈ ਗਿਆ ਜੱਟ ਦਾ ਜਿਉਂਦਾ ਜੱਗ ਤੇ ਨਾ ਰਹਿ ਗਿਆ ਹੋਰ ਕੋਈ ਤੇ ਮੁਝੇ ਦੇ ਹੱਥ ਲੈ ਗਿਆ ਜੱਟ ਦਾ ਜਿਉਂਦਾ ਜੱਗ ਤੇ ਨਾ ਰਹਿ ਗਿਆ ਚੰਦ ਮੇਰੇ ਨਾਲ ਚਾਰ ਲੈ ਲਈਏ ਨਾਵਾ ਉੱਠ ਮੇਰੇ ਨਾਲ ਚਾਰ ਲੈ ਲਈਏ ਨਾਵਾ ਜਿੱਥੇ ਪਿਆਰ ਦੀ ਹਲੇ ਨਾ ਬਾਜੀ ਚੁੱਪ ਕਰਦੇ ਕਰਦੇ ਮੁੰਡੇ ਦਾ ਰਾਜੀ ਚੁੱਪ ਕਰਦੇ ਕਰਦੇ ਮੁੰਡੇ ਦਾ ਰਾਜੀ ਚੁੱਪ ਕਰਦੇ ਵੱਡਿਆਂ ਕਰਕੇ ਤਹਿ ਦਿਲੋਂ ਧੰਨਵਾਦ ਕਰਦਿਆਂ ਵਾਹਿਗੁਰੂ ਇਹਨਾਂ ਦੀ ਵੀ ਕਮਾਈਆਂ ਦੇ ਵਿੱਚ ਬਰਕਤਾਂ ਪਾਵੇ ਸਾਡੇ ਸਤਿਕਾਰਯੋਗ ਅਵਤਾਰ ਸਿੰਘ ਜੀ ਸਾਡੇ ਬਾਈ ਕਿੰਗ ਬੁਆਏ ਗੋਲਡ ਗੋਲਡ ਕਿੰਗ ਸੋ ਸਾਡੇ ਨਾਗਰਾ ਸਾਹਿਬ ਸੋਢੀ ਨਾਗਰਾ ਜੀ ਜਿਹੜੇ ਕਿ ਕੋਹਾਲੇ ਪਿੰਡ ਦਾ ਮਾਣ ਨੇ ਤਹਿ ਦਿਲੋਂ ਧੰਨਵਾਦ ਕਰਦੇ ਹਾਂ